काम में कोधे नगर बाह परिया मिले साधु खंडल खंडा के आ पिछली शब्द गोष्ठी चसी आज शब्द शुरू करता सी जो पन्ना 13 ਦੇ ਉੱਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੇਜ ਹੈ 1 3 ਰਾਗ ਗੌੜੀ ਪੂਰਬੀ ਮਹੱਲਾ ਚੌਥਾ ਮਹੱਲੇ ਚੌਥੇ ਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ ਔਰ ਰੋਜ ਐਸੀ ਬੜੇ ਸਤਕਾਰ ਪਿਆਰ ਨਾਲ ਸੌਣ ਲੱਗੇ ਪਾਠ ਕਰਨ ਲੱਗੇ ਕੀਰਤਨ ਸੋਲੇ ਦਾ ਏ ਸ਼ਬਦ ਜ਼ਬਾਨੀ ਯਾਦ ਆਸੀ ਜ਼ਿਆਦਾ ਸ਼ਬਦ ਉਹ ਲਹਿ ਰਹੇ ਹਨ ਇਰ ਇਨ ਇਤਨੇ ਮਦੇ ਤਾਂ ਸਾਨੂੰ ਜ਼ੁਬਾਨੀ ਯਾਦ ਹੈ ਤਾਂ ਕਿ ਪਾਠ ਕਰਨ ਵੇਲੇ ਬੜੇ ਪਿਆਰ ਦੇ ਨਾਲ ਥੋੜਾ ਥੋੜਾ ਉਹਨੂੰ ਸਮਝ ਕੇ ਉਹ ਸ਼ਬਦ ਦਾ ਭੈ ਖਾઈએ ਬਾਬੇ ਨਾਨਕ ਦੀ ਇੱਕ ਤੋਕ ਆਉਂਦੀ ਹੈ ਕਹਿੰਦੇ ਜਨਜਕ ਤੂੰ ਸ਼ਬਦ ਭੈ ਨਹੀਂ ਖਾਂਦੇ ਹੋ ਨਹੀਂ ਚੱਕਰ ਤੁਹਾਡੀ ਭਗਤੀ ਤੁਸੀਂ ਭਗਤੀ ਕਰ ਹੀ ਨਹੀਂ ਸਕਦੇ ਸ਼ਬਦ ਭੈ ਖਾਏ ਸ਼ਬਦ ਜੇ ਸਮਝਾਂਗੇ ਤੇ ਭੈ ਖਾਵਾਂਗੇ ਪਾਠ ਕਰ ਲੈਣਾ ਤੇ ਜਿੱਦਾਂ ਲਿਖਿਆ ਅਸੀਂ ਕਰ ਲਿਆ ਪਰ ਸ਼ਬਦ ਦਾ ਭੈ ਨਹੀਂ ਅਸੀਂ ਖਾਂਦੇ ਇਸੇ ਕਰਕੇ ਅਸੀਂ ਉਹ ਲੜੀ ਛੋਈ ਹੈ ਕਿ ਜਿਹੜੇ ਸਾਡੇ ਅੰਦਰ ਵੱਡੇ ਦੁਸ਼ਮਣ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਸਾਡੇ ਅੰਦਰ ਇੰਨੇ ਹੈ ਸਾਡਾ ਅੰਦਰ ਤਬਾਹ ਕਰ ਛਟਿਆ ਉਹਨਾਂ ਨਾਲ ਔਰ ਜੋ ਅਸੀਂ ਸਿੱਖੀ ਦੀ ਕਮਾਈ ਕਰਦੇ ਆਂ ਪਾਠ ਪਿਆਰ ਨਾਲ ਵੀ ਹੋਰ ਸਿੱਖੀ ਦੇ ਕੰਮ ਜਿੰਨੇ ਸਾਰੇ ਹੈ ਅਕਤੀ ਵੀ ਕਰਦੇ ਆ ਨਾਮ ਵੀ ਜਪਦੇ ਆ ਕੁਛ ਐਸ ਬੰਨੇ ਅਸੀਂ ਲਾਹਾ ਖਟਦੇ ਹਾਂ ਉਹ ਅੰਦਰਲੇ ਲੁੱਟ ਕੇ ਲੈ ਜਾਂਦੇ ਆ ਕਿਸੇ ਦੇ ਹੱਥ ਕੱਖ ਨਹੀਂ ਪੱਲੇ ਪੈਂਦਾ ਜਿੰਚ ਕਰੋ ਇਹ ਆਪੋਜ਼ਿਟ ਫੋਰਸਸ ਨੇ ਇਹ ਪੰਜ ਤਾਕਤਾਂ ਐਸੀਆਂ ਅੰਦਰ ਦੁਸ਼ਮਣ ਨੇ ਜਿਹੜੇ ਕਿ ਬੰਦੇ ਨੂੰ ਅਸੀਂ ਸਦਾ ਹੀ ਮਸਾਲ ਦਿੰਨੇ ਆ ਇੱਕ ਹੌਦ ਹੈ ਭਰੇ ਆ ਪਾਣੀ ਦਾ ਟੈਂਕ ਉਹ ਖਾਲੀ ਹੈ ਉਰ ਤੇ ਪਾਣੀ ਭਰਨਾ ਉਹਦੀ ਇਹਰ ਦਾ ਪਾਣੀ ਨਿਕਲਣ ਵਾਲਾ ਉਹ ਤੇ ਕਿਹੜਾ ਵੱਡਾ ਮਗੋਰਾ ਬਾਹਰ ਨੂੰ ਲੇਕਿਨ ਉਰਥੀ ਜਿਹੜੀ ਪਾਣੀ ਪਾਉਣ ਵਾਲੀ ਹੈ ਉਹ ਟੁੱਟੀ ਨੀ ਕੀ ਜੀ ਐ ਇਨਲੈਟ ਇਨਲੈਟ ਛੋਟਾ ਪਾਣੀ ਡਿਗਣ ਵਾਲਾ ਇਸ ਤਲਾਕ ਕਿਦਾਂ ਪਰ ਜਾਊਗਾ ਤੇ ਉਧਰ ਮਗੋਰਾ ਨਾਲ ਦੀ ਨਾਲ ਹੀ ਇਹ ਹੈ ਪੰਜ ਲੁੱਟੀ ਜਾਂਦੇ ਆ ਉਹੀ ਪੀਪੀ ਤਖੜੇ ਹੁੰਦੇ ਆ ਬਾਣੀ ਚ ਲਿਖਿਆ ਫੇਰ ਐਡੇ ਬੇ ਕਾਬੂ ਹੋ ਜਾਂਦੇ ਆ ਬੰਦੇ ਨੂੰ ਮਾਰਨੇ ਮੁਸ਼ਕਲ ਹੋ ਜਾਂਦੀ ਸਾਰਾ ਅੰਦਰਲੀ ਧਰਮ ਦੀ ਕਮਾਈ ਕੀਤੀ ਉਹ ਲੁੱਟ ਕੇ ਲਈ ਜਾਂਦੇ ਇਸ ਕਰਕੇ ਅਸੀਂ ਉਹਨਾਂ ਤੋਂ ਖਬਰਦਾਰ ਹੋ ਰਹੇ ਆਂ ਵੀ ਬਾਣੀ 'ਚ ਇੰਨਾ ਇਹਦਾ ਜ਼ਿਕਰ ਹੈ ਹਰ ਸ਼ਬਦ 'ਚ ਔਰ ਅਸੀਂ ਪੈ ਖਾਣਾ ਇਹਨਾਂ ਤੋਂ ਵੀ ਐਸੇ ਮਹਾਰਾਜ ਕੀ ਲਿਖ ਰਹੇ ਨੇ ਮਾ ਮਹੱਲਾ ਚੌਥਾ ਕਾਮੇ ਕਰੋ ਦੇ ਨਗਰ ਬਹੁ ਭਰੀਆ ਮਿਲੇ ਸਾਧੂ ਅੰਡਲ ਖੰਡਾ ਹੈ ਕਾਮਕਰੋਧ 2.1 ਲਿਖ ਸਕੇ ਕਿਉਂਕਿ ਇਹ ਪੋਇਟਰੀ ਹੈ ਗੀਤ ਹੈ ਇਹਦੇ ਵਿੱਚ 5 ਲਿਖ ਨਹੀਂ ਸਕਦੇ ਲੇਕਿਨ ਇਹ ਜਿਹੜੇ ਪਹਿਲੇ ਦੱਸੇ ਹੈ ਇਹੋ ਹੀ ਸਭ ਤੋਂ ਜ਼ਿਆਦਾ ਬੰਦੇ ਨੂੰ ਇਹਨਾਂ ਨੂੰ ਮਹਿਸੂਸ ਕਰੇਗਾ ਸਭ ਤੋਂ ਬੰਦਾ ਫਟ ਮਹਿਸੂਸ ਕਰ ਜੇ ਵੀ ਇਸ ਵੇਲੇ ਮੇਰੇ ਅੰਦਰ ਕਾਮ ਦੀ ਹੀਟ ਹੈ ਵੇਵਜ਼ ਹੈ ਮੈਂ ਕਾਮਲ ਜਾ ਰਿਹਾ ਹਾਂ ਸਿੱਖ ਸਲ ਜਾ ਰਿਹਾ ਹਾਂ ਔਰ ਕਰੋਧ ਦੀ ਹੀਟ ਤੇ ਐਸੀ ਹੈ ਇਹ ਐਡਾ ਵੱਡਾ ਦੁਸ਼ਮਣ ਹੈ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹਦੇ ਅੰਦਰ ਕਰੋਧ ਹੋਵੇ ਨਾ ਘਰ ਚ ਕੋਈ ਐਡਾ ਕਰੋਧ ਹੋਵੇ ਦੇ ਲਾਗੇ ਤੁਸੀਂ ਮਹਾਰਾਜ ਕਹਿੰਦੇ ਉਥੋਂ ਭੱਜ ਜਾ ਉਹਦੇ ਲਾਗੇ ਨਾ ਜਾਇਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਭਈ ਉਹਦੇ ਤੋਂ ਭੱਜ ਜਾ ਕਿਉਂਕਿ ਉਹਦੇ ਅੰਦਰ ਗਰੋਧੀ ਚੰਡਾਲ ਹੈ ਚੰਡਾਲ ਉਹ ਹੈ ਜਿਹੜਾ ਕਿ ਬੇਰਹਿਮ ਮੁਰਦੇ ਖਾਂ ਕਾ ਕਾ ਆਪਣੇ ਜਿੱਥੇ ਮੁਰਦੇ ਸੜਦੇ ਆ ਉਹ ਮੁਰਦਿਆਂ ਨੂੰ ਅੱਗ ਦੇਣ ਵਾਲਾ ਤੇ ਸਾੜਨ ਵਾਲਾ ਉਹਨੂੰ ਚੰਡਾਲ ਕਹਿੰਦੇ ਆ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਸ ਅੰਤਰ ਉਹਨਾਂ ਆਸ ਦੁਆਸ ਨਾ ਪੀਟਿਏ ਉਹਨਾਂ ਦੇ ਆਲੇ ਦੁਆਲੇ ਜਦੋਂ ਅਸੀਂ ਛੋਦਰ ਜਾਤ ਨੂੰ ਅਸੀਂ ਵਿਚਾਰੀ ਨੂੰ ਪੇਟੇ ਮਿਹਨਤੀ ਜੇ ਪੇਟ ਚੜਜੋ ਇਨੋਂ ਆਸ ਦੁਆਸ ਨਾ ਪੀਟਿਏ ਜਿਨੇ ਅੰਤਰ ਕਰੋਧ ਚੰਡਾਲ ਜਿਹੜਾ ਕਰੋਧ ਚੰਡਾਲ ਹੈ ਉਹ ਜਿਸ ਬੰਦੇ ਦੇ ਅੰਦਰ ਆ ਗਿਆ ਉਸ ਤੋਂ ਪਰੇ ਭੱਜ ਜਾਓ ਉਦਾਂ ਮਨਾ ਲੱਗੇ ਬਿਨਾ ਭੱਜ ਜਾਓ ਉਹਨਾਂ ਆਸ ਦੁਆਸ ਨਾ ਪੀਟਿਏ ਜਿਨ ਅੰਤਰ ਕਰੋਧ ਚੰਡਾਲ ਏਡਾ ਵੱਡਾ ਦੁਸ਼ਮਣ ਹੈ ਔਰ ਸਾਡਾ ਬਾਹਰ ਸ਼ਬਦ ਕਹਿੰਦਾ ਕਿ ਸਾਡੇ ਜਿਸਮ ਭਰਿਆ ਪਿਆ ਇਹਦੇ ਨਾਲ ਕਰੋ ਕਰੋਦ ਕੀ ਹੈ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਕੀ ਹੈ ਮੰਦੀ ਸ਼ਾਂਤੀ ਫੰਦੇ ਦਾ ਸਾਰਾ ਜਿਸ ਵੇਲੇ ਮਾੜੀ ਜੀ ਗੱਲ ਕੋਈ ਪਾਡਾ ਡਿਗੇ ਅੰਦਰ ਜਾ ਕੋਈ ਕਰੋਚ ਆ ਜਾਂਦੀ ਕੋਈ ਕੁਝ ਵੀ ਹੁੰਦਾ ਰਹੇ ਲੱਗਿਓ ਇੱਕ ਮਤਲਬ ਸਾਰੀਆਂ ਚੀਜ਼ਾਂ ਇਸ ਕਰੋਧ اور ਕਾਮ ਤੋਂ ਨਿਕਲਦੀਆਂ ਹੈ ਇਹੜੇ ਵੱਡੇ ਦੁਸ਼ਮਣ ਸਾਡੇ ਲੇਕਿਨ ਕੋ ਸਮਝਦਾ ਨਹੀਂ ਹੈ ਵਾਣੀ ਦਾ ਪਾਠ ਦਾ ਨੁਕਸਾਨ ਰਾਜ ਦਾ ਸੀ ਇੱਕ ਕਿੰਨੇ ਸ਼ਬਦ ਪਿੱਛੇ ਗੋਸ਼ਟੀਆਂ ਚ ਲਈ ਆ ਰਹੇ ਆ ਅਸੀਂ ਮਹਿਸੂਸ ਕਰਦੇ ਆਂ ਕਿ ਓਹੋ ਸ਼ਬਦ ਨੂੰ ਸਮਝਣਾ ਬੜਾ ਜ਼ਰੂਰੀ ਹੈ ਸਾਡਾ ਪਹਿਲਾ ਗੁਰੂ ਇਹੋ ਹੈ ਸ਼ਬਦ ਨੂੰ ਸਮਝਣਾ ਕਹੋ ਕਬੀਰ ਮੈਂ ਸੋਗ ਰਪਾਇਆ ਜਾ ਕਾ ਨਾਉ ਬਵੇਕੋ ਵਿਵੇਕ ਮੈਨੇ ਜੇ ਸਮਝਾਂਗੇ ਤੇ ਕੁਝ ਫੱਲੇ ਪਏਗਾ ਪੜ੍ਹਨਾ ਸੌਖਾ ਹੈ ਲੇਕਿਨ ਸਾਨੂੰ ਫਾਇਦਾ ਬੜਾ ਦੱਸਿਆ ਜਾ ਰਿਹਾ ਜੀ ਪਾਠ ਔਰ ਇੱਕ ਵੀ ਤੋਕ ਪਾਠ ਕਰਨ ਦੇ ਰਿਕਮੈਂਡ ਜਿਹੜੀਆਂ ਸਾਰੇ ਗੁਰੂ ਗ੍ਰੰਥ ਸਾਹਿਬ ਚ ਕਿਸੇ ਪਾਠ ਕਰੋ ਗੁਰੂ ਨਾਨਕ ਦੇ ਤਾਰ ਪੰਜ ਸਟੈਂਡਿੰਗ ਆਰਡਰ ਨੇ ਗੁਰੂ ਨਾਨਕ ਆਪਣੀ ਬਾਣੀ ਜੀ ਕਹਿੰਦਾ ਮੈਂ ਪਹਿਲਾ ਸਾਡਾ ਪੈਗੰਬਰ ਆਵਲੀਆ ਉਹ ਕਹਿੰਦਾ ਦਖਣੀ ਓੰਕਾਰ ਚ ਸਮਝੇ ਸੂਝੇ ਪੜ ਪੜ ਬੂਝੇ ਇੱਥੇ ਬੁੱਝ ਕੇ ਮੈਨੂੰ ਛੱਡਦੇ ਸਮਝੇ ਸੂਝੇ ਪੜ ਪੜ ਬੂਝੇ ਅੰਦਰ ਦੇ ਅੰਦਰ ਰੱਬ ਬੈਠਾ ਉਹਨੂੰ ਖੜਾ ਕਰਨਾ ਅੰਤ ਨਿਰਅੰਤਰੇ ਸਾਚਾ ਸਾਡੇ ਅੰਦਰ ਦੇ ਅੰਦਰ ਹੈ ਲੇਕਿਨ ਉਹਨੂੰ ਪ੍ਰਗਟ ਕਰਨਾ ਪੈਂਦਾ ਲੇਕਿਨ ਬਾਣੀ ਸਮਝੇ ਸੂਝੇ ਪੜ ਪੜ ਬੁੱਝੇ ਫੇਰ ਕਹਿੰਦੇ ਅਕਲੀ ਪੜ ਕੇ ਬੁੱਝੀਏ ਜੇ ਬੁੱਝ ਗਿਆ ਫੇਰ ਤੈਨੂੰ ਦਰਗਾਹ ਚ ਮਾਨ ਮਿਲਣਾ ਇੱਥੇ ਭਾਵੇਂ ਤੈਨੂੰ ਕੋਈ ਮਾਨ ਨਾ ਮਿਲੇ ਅਕਲੀ ਪੜ ਕੇ ਬੁੱਝੀਏ ਅਕਲੀ ਪਾਈਏ ਮਾਨ ਫੇਰ ਕਹਿੰਦੇ ਅਕਲੀ ਕੀਚੇ ਦਾਨ ਦਾਨ ਵੀ ਧਿਆਨ ਨਾ ਕਰ ਅਗਲਾ ਹੈ ਅਕਲੀ ਨਾਨਕ ਅਕਲੀ ਪੜ ਕੇ 부ਝੀਏ ਅਕਲੀ ਪਾਈਏ ਮਾਨ ਅਕਲੀ ਕੀਚੇ দান ਐਦਾਂ ਦੀਆਂ ਤੁਕਾਂ ਚਾਰ ਪੰਜ ਆਉਂਦੀਆਂ ਅਖੀਰ ਤੇ ਕਹਿੰਦੇ ਆ ਹੋਰ ਗੱਲਾਂ ਸ਼ੈਤਾਨ ਸ਼ੈਤਾਨ ਉਰਦੂ ਦਾ ਲਫ਼ਜ਼ਾ ਸ਼ੈਤਾਨ ਇਹ ਪੰਜਈ ਹੈ ਉਰਦੂ ਕਿ ਨੂੰ ਸ਼ੈਤਾਨ ਕਹਿੰਦੇ ਆ ਇਹਨੂੰ ਜੇ ਆਪਣੇ ਬਾਈਬਲ ਚ ਇਵਲ ਕਹਿੰਦੇ ਸਾਰੇ ਮਤਲਬ ਇਹ ਐਸਾ ਹੈ ਐਨ ਦਾ ਸੋਚ ਕੇ ਕੰਮ ਕਰ ਇੱਕ ਇੱਕ ਪੈਰ ਆ ਮਾਨਸ ਜਨਮ ਐਡਾ ਮੋਲਕ ਐ ਐਡਾ ਵੱਡਾ ਜਨਮ ਮਿਲਿਆ ਜਿਹੜਾ ਕਿ ਛੋਟਣੇ ਲਈ ਐ ਸਾਰੀਆਂ ਜੁਨਾਂ ਤੂੰ ਚਾਹ ਇਹਦੇ ਚ ਛੁੱਟ ਸਕਦਾ ਬੰਦਾ ਲੇਕਿਨ ਇਹਦੇ ਚ ਬੰਦਨ ਦਾ ਕੰਮ ਕਰਦਾ ਛੁੱਟਣ ਦਾ ਨਹੀਂ ਕਰਦਾ ਹੋਰ ਬੰਨਣੇ ਬੰਨਣ ਦਾ ਕੰਮ ਕਰੀ ਜਾਂਦਾ ਫਸਿਆ ਪਿਆ ਹੈ ਇਹਨਾਂ ਪੰਜਾਂ ਚ ਕਾਮੇ ਕਰੋ ਧੇ ਨਗਰ ਬਹੁ ਭਾਰੇ ਨਗਰ ਜਿਸਮ ਕਾਇਆ ਇਹ ਸਭ ਘਾਰ ਜਿੱਥੇ ਆ ਜੇ ਇਹ ਸਭ ਸਾਡੇ ਕੁਝ ਬਾਡੀ ਸਾਰਾ ਡਿਸਕਸ਼ਨ ਬਾਹਰ ਦੀ ਕਦੀ ਕੋਈ ਚੀਜ਼ ਨਹੀਂ ਸਭ ਚੀਜ਼ਾਂ ਜੋ ਕੁਝ ਹੋਣਾ ਸਾਡੇ ਅੰਦਰ ਹੋਣਾ ਹੈ ਇਸ ਕਰਕੇ ਨਗਰ ਹੈ ਸਾਡਾ ਜਿਸਮ ਕਾਮੇ ਕਰੋ ਦਿਨਗਰ ਬਾਹ ਪਹਰੇ ਕੋਈ ਸਾਧੂ ਮਿਲ ਜਾਏ ਆਹੋ ਅਸੀਂ ਪਿਛਲਾ ਜਿਹੜਾ ਸ਼ਬਦ ਲਿਆ ਸੀ ਉਹਦੇ ਤੋਂ ਅਸੀਂ ਤੰਦ ਖਿੱਚਿਆ ਸੀ ਕਿ ਉਹ ਕਿਹੜਾ ਸਾਧੂ ਹੈ ਜਿਹਦੇ ਨਾਲ ਮਾਨ ਖੜਾ ਹੋ ਜਾਂਦਾ ਜਦੋਂ ਅੰਦਰ ਆਜ ਹੁੰਦਾ ਕੀ ਉਹ ਸਾਧੂ ਬਾਹਰਲਾ ਸਾਧੂ ਹੈ ਕੋਈ ਇਸੇ ਕਰਕੇ ਅਸੀਂ ਨਖੇਰੀ ਆ ਰਹੇ ਆਂ ਪਿਛਲੇ ਅਸੀਂ ਛੱਡਿਆ ਸੀ ਤੇਰਾ ਸਾਦ ਸਫਰਿਆ ਜੈ ਹੰਕੀਰਤਨ ਹਰੀਆ ਜੈ ਹੰਕੀਰਤਨ ਹਰੀਆ ਨਾਨਕ ਸਰਨਰੀਆ ਉਹ ਜਿਹੜਾ ਸਾਧੂ ਹੈ ਉਹਨੂੰ ਹੀ ਜਿੱਥੇ ਕੱਲਾ ਹੋਵੇ ਸਾਰੀ ਬਾਣੀ ਚ ਉਹਨੂੰ ਹੀ ਸਾਧੂ ਇਸ ਇਕੁਅਲ ਟੂ ਸ਼ਾਂਤ ਅ ਇਕੁਅਲ ਟੂ ਸਤਗੁਰੂ ਇਹ ਤਿੰਨੇ ਲਫ਼ਜ਼ ਆਉਣਗੇ ਜੇ ਸੇ ਕੱਲਾ ਹੋਵੇ ਉਹ ਇੱਤਨੇ ਹੀ ਇੱਕੋ ਵਿਅਕਤੀ ਦਾ ਨਾਂ ਹੈ। ਉਹੀ ਸਤਿਗੁਰੂ ਹੈ ਉਹੀ ਸਾਧ ਹੈ ਉਹੀ ਜਿਹੜਾ ਹੈ ਸੰਤ ਹੈ ਕਿਉਂਕਿ ਦੇਹੀ ਚ ਗਿਆਨ ਨਹੀਂ ਕੋਈ ਚੀਜ਼ ਵੀ ਮੰਗਦਾ ਮੰਨ ਦਾ ਸਾਡੇ ਗਿਆਨ ਦੀ ਤੋਕ ਹੈ ਦੇਹੀ ਕਾਚੀ ਕਾਗਜ਼ਾਂ ਨੂੰ ਗੁਰੂ ਨਹੀਂ ਮੰਨਦਾ ਦੇਹੀ ਕਾਚੀ ਕਾਗਜ਼ ਮਿਕਦਾਰਾ ਬੂੰਦ ਪਵੇ ਟੈਤ ਬਿਨ ਸੇ ਲਗਤ ਨਾ ਬਾਰਾ ਕਾਗਜ਼ ਦੀ ਵੀ ਕੋਈ ਲਿਮਟ ਹੈ ਮੁਨੀਆਦ ਆ ਨਿਤਿ ਖਤਮ ਹੋ ਜਾਂਦਾ ਸਾਡਾ ਗੁਰੂ ਖਤਮ ਹੋ ਰਹਾ ਨਹੀਂ ਹੈ ਦੇਹੀ ਕਾਚੀ ਕਾਗਜ਼ ਮਿਕਦਾਰਾ ਬੂੰਦ ਪਵੇ ਬਿਨ ਸੇ ਟੈਤ ਲਗੇ ਨਾ ਬਾਰਾ ਲੇਕਿਨ ਸਾਡੇ ਜਿਹੜੇ ਗਿਆਨ ਹੈ ਉਹ ਅੱਖਰਾਂ ਚ ਨਾਮ ਵੀ ਅੱਖਰਾਂ ਚ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰ ਅਖਰ ਨਾ ਹੁੰਦੇ ਤੇ ਦੁਨੀਆ ਦੀ ਸਾਇੰਸ ਸਾਡੇ ਤੱਕ ਅਣੀ ਸੀ ਪਹੁੰਚ ਸਕਣੀ ਸਾਇੰਸ ਵੀ ਇੱਕ ਗਿਆਨ ਹੈ ਉਹਦੀ ਡੈਫੀਨੇਸ਼ਨ ਹੈ ਸਾਇੰਸ ਦੀ ਦਿਸ ਸਮ ਟੋਟਲ ਆਫ ਹਿਊਮਨ ਨੋਲੇਜ ਸਿਸਟੇਮੈਟਿਕਲੀ ਅਰੇਂਜਡ ਇਜ਼ ਕਾਲਡ ਸਾਇੰਸ ਕੋਈ ਸਾਈਕੋਲੋਜੀ ਕੋਈ ਫਿਜ਼ੀਓਲੋਜੀ ਕੋਈ ਉਹ ਤਾਹ ਲੋ ਜੀ ਖੜੇ ਕਿੰਨੀਆਂ ਆ ਸਾਡੀ ਗੁਰੂ ਆ ਲੋ ਜੀ ਹੈ ਇਹ ਐਡਾ ਵੱਡਾ ਗਿਆਨ ਹੈ ਗੁਰੂਆਂ ਦਾ ਸ਼ਬਦਾਂ ਨੂੰ ਇਕੱਠੇ ਕਰਕੇ ਸਾਰੀ ਇਹ ਗੁਰ ਬਾਣੀ ਇਹ ਐਡਾ ਵੱਡਾ ਗਿਆਨ ਹੈ ਤੋਂ ਜਿਹੜਾ ਅੱਖਰਾਂ ਚ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਨਯੋਗ ਨੇ ਸਾਡੇ ਸਭਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਤੋਂ ਬਿਗੈਰ ਸਭਾ ਸੁਣਨੀ ਹੈ ਸਾਡੀ ਸਿੱਖਾਂ ਦੀ ਉਹ ਵਿੱਚ ਪ੍ਰਕਾਹ ਜੀ ਜਗਾ ਕੋਈ ਇਨਸਾਨ ਨਹੀਂ ਬੈਠਣ ਦਾਂਗੇ ਨਾ ਇਨਸਾਨ ਬੈਠ ਸਕਦਾ ਏ ਆਪਣੀ ਜਗ੍ਹਾ ਤੇ ਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ ਲੇਕਿਨ ਉਹਦੇ ਰਮਾਲੇ ਗੁਰੂ ਨਹੀਂ ਹੈ ਉਹਦਾ ਚੌਰ ਗੁਰੂ ਨਹੀਂ ਹੈ ਉਹਦੀ ਜੇਲਦ ਗੁਰੂ ਨਹੀਂ ਹੈ ਉਹਦੀ ਚਾਨਣੀ ਗੁਰੂ ਨਹੀਂ ਹੈ ਉਹਦੀ ਗੁਰੂ ਕੀ ਹੈ ਉਹਦੇ ਅੱਖਰਾਂ 'ਚ ਜਿਹੜਾ ਗਿਆਨ ਹੈ ਕਿਉਂਕਿ ਅਖਰੀ ਨਾਮ ਅਖਰਾਂ 'ਚ ਹੀ ਨਾਮ ਹੈ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ ਜੇ ਅੱਖਰ ਨਾ ਹੁੰਦੇ ਇ ਗਿਆਨ ਸਾਡੇ ਤੱਕ ਪਹੁੰਚ ਨਹੀਂ ਸਕਦਾ ਐਡਾ ਵੱਡਾ ਗੁਰੂਆਂ ਦਾ ਜਾਂ ਸਾਇੰਸ ਜਿਹੜਾ ਗਿਆਨ ਹੈ ਉਹ ਕਿਸੇ ਚੀਜ਼ ਤੇ ਰਿਜ਼ਰਵ ਆਇਆ ਖਸ਼ਬੋਹ ਹੈ ਦੁਨੀਆ ਦੀ ਉਹਨੂੰ ਖੁੱਲੀ ਛੱਡ ਦਉਟ ਜਾਈਗੀ ਉਹਨੂੰ ਬੰਦ ਹੋਣਾ ਪਿਆ ਫੁੱਲ 'ਚ ਰਿਜ਼ਰਵ ਆ ਉੱਥੇ ਇਸ ਤਰ੍ਹਾਂ ਐਡਾ ਵੱਡਾ ਗਿਆਨ ਅੱਖਰਾਂ 'ਚ ਬੰਦ ਹੈ ਨਾ ਹੁਣ ਇਹ ਅੱਖਰ ਨਾ ਹੁੰਦੇ ਗੁਰੂਆਂ ਕੋਲ ਜਿਹਨਾਂ ਸਾਡੇ ਤੱਕ ਇਹ ਹੁਣ ਹੋਣ ਅਸੀਂ ਅੱਖਰ ਕੜਿਕੜੇ ਵੱਡੇ ਕਾਪੀ ਕਰਕੇ ਇਹਨੂੰ ਲਾਰਜ ਕਰਕੇ ਵੀ ਸਾਰੇ ਸਾਡੇ ਸਾਹਮਣੇ ਅੱਖਰ ਹੈ ਇਹ ਅੱਖਰ ਅੱਖਰ ਗੁਰੂ ਨਹੀਂ ਅੱਖਰਾਂ ਦੇ ਵਿੱਚ ਗਿਆਨ ਗੁਰੂ ਹੈ ਜੋ ਦਸਮ ਪਾਤਸ਼ਾਹ ਨੇ ਆਪਣੇ ਸ਼ਬਦ ਚ ਕਿਹਾ ਗਿਆਨ ਗੁਰੂ ਆਤਮ ਉਪਦੇਸੋ ਔਰ ਇਹਦਾ ਕੋਈ ਹੋਰ ਵੱਡਾ ਉਪਦੇਸ ਸਭ ਤੋਂ ਕੀ ਹੈ ਅੰਦਰ ਆਤਮਾ ਦਾ ਜਿਹੜੀ ਨਾ ਮਰਦੀ ਹੈ ਨਾ ਜੰਮਦੀ ਹੈ ਨਾ ਬੁੱਢੀ ਹੁੰਦੀ ਹੈ ਨਾ ਉਹਨੂੰ ਕੋਈ ਚੀਜ਼ ਦਾ ਐਸੀ ਵੱਡਿਓ ਚੀਜ਼ ਜਿਹੜੀ ਅਸੀਂ ਪ੍ਰਗਟ ਕਰਨੀ ਹੈ ਲੇਕਿਨ ਅਸੀਂ ਨਾਮ ਨਹੀਂ ਜਪਦੇ ਨਾਮ ਨਾ ਜਪੇ ਤਾਂ ਆਤਮ ਕਾਤੀ ਜੋ ਸੁਸਾਈਸਾਈਡ ਕਮਿਟ ਕਰਨ ਵਾਲੇ ਦੀ ਸਜ਼ਾ ਇੱਥੇ ਵੀ ਮਿਲਦੀ ਹੈ ਆ ਜਿਹੜੀ ਅਸੀਂ ਆਤਮਾ ਅੰਦਰ ਮਾਰੀ ਆ ਪ੍ਰਗਟ ਨਹੀਂ ਕੀਤੀ ਧਰਮ ਰਾਜ ਉਹਨੂੰ ਉੱਥੇ ਸਜ਼ਾ ਦੇਵੇਗਾ ਕਿਉਂਕਿ ਜਿੰਨੇ ਫੈਸਲੇ ਦਰਬਾਰ ਚ ਹੁੰਦੇ ਆ ਬੜੀ ਡੂੰਗੀ ਗੱਲ ਅਸੀਂ ਖੋਜ-ਖੋਜ ਕੇ ਲੱਭੀ ਹੈ ਕਿ ਜਿੰਨਾ ਧਰਮ ਰਾਜ ਦਾ ਫੈਸਲਾ ਕਰਦੇ ਹੋ ਕਹਿੰਦੇ ਭਾਈ ਲਿਆਓ ਖੋਲੋ ਗਿਆਨ ਜਿਹੜਾ ਲੇਟੈਸਟ ਗ੍ਰੇਟੈਸਟ ਕੰਪਲੀਟ ਵਰਮ ਗਿਆਨ ਆ ਉਹ ਦੇਖੋ ਲੋ ਲਾਈਨ 'ਚ ਇਹ ਕੀ ਹੈ ਕਹਿੰਦੇ ਜੀ ਇਹ ਤਾਂ ساری ਉਮਰ ਮਾਇਆ ਹੀ ਇਕੱਠੀ ਕਰਦਾ ਰਿਆ ਅੰਤ ਕਾਲੇ ਜੋ ਲక్ష్ਮੀ ਸਿਮਰੇ ਐਸੀ ਚਿੰਤਾ 'ਚ ਜੋ ਮਰੇ ਸਰਪ ਜੂ ਨੂੰ ਕਹਿੰਦੇ ਦੇ ਦੇ ਸੱਪ ਦੀ ਜੂਣ ਅਸੀਂ ਸਾਡੇ ਸਾਡੇ ਬਸ ਮੈਂ ਤੇ ਬੈਠਾ ਲੇਕਿਨ ਉਹ ਕਿਤਾਬ ਉਹਦੇ ਇਹਦੇ ਮੁਤਾਬਕ ਫੈਸਲੇ ਹੁੰਦੇ ਅੱਗੇ ਸ਼ਬਦਾਂ ਦੀਆਂ ਲਾਈਨਾਂ ਦੇ ਮੁਤਾਬਕ ਇਸ ਕਰਕੇ ਉਹ ਮਹਾਰਾਜ ਜੀ ਕਹਿੰਦੇ ਵੀ ਜਿਹੜੀ ਇਹ 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 ਐਸੀ ਸਚਾਈ ਹੈ ਇਦੇ ਮੁਤਾਬਕ ਫੈਸਲੇ ਔਰ ਜੁਨਾ ਮਿਲਦੀਆਂ ਹੈ ਇਸ ਕਰਕੇ ਜਿਹੜੀ ਆ ਸਾਰੀ ਚੀਜ਼ ਹੈ ਐਸੇ ਕਰਕੇ ਅਸੀਂ ਇਸ ਇਸ ਗਿਆਨ ਦੀ ਅਸੀਂ ਪੜ੍ਹਾਈ ਕਰਦੇ ਆਂ ਸਭ ਕੁਝ ਕਰਦੇ ਆਂ ਲੇਕਿਨ ਸਾਨੂੰ ਇਹ ਲਾਰਾ ਰਾਏ ਜੀ ਇਹਦਾ ਫਾਇਦਾ ਵੜਾ ਵੇ ਪਾਠ ਕਰਦੇ ਅਸੀਂ ਕਹਿੰਦੇ ਨਹੀਂ ਫਾਇਦਾ ਬੜਾ ਸਤਕਾਰ ਹੈ ਠੀਕ ਹੈ ਲੇਕਿਨ ਜੋ ਫਾਇਦਾ ਇਹਨੂੰ ਸਮਝ ਕੇ ਇਹਦੇ ਕੰਮ ਕਰਨ ਦਾ ਜੋ ਵਿੱਚ ਲਿਖਿਆ ਕਿਉਂਕਿ ਬਾਬਾ ਨਾਨਕ ਦਾ ਹੀ ਹੁਕਮ ਹੈ ਸਟੈਂਡਿੰਗ ਪੜਿਆ ਨਾਹੀ ਪੀਦਾ 부ਜਿਆ ਬਾਵਨਾ ਕਿੱਥੇ ਲੈ ਜਾਉਗੇ ਤੂੰ ਕਾ ਬਾਬੇ ਨਾਨਕ ਦੀ ਜਿਹੜੀ ਪਾੜਨਾ ਪੜੋ ਜੇ ਸਦਕੇ ਬਾਰ-ਬਾਰ ਪੜਾਂਗੇ ਤੇ ਸਮਝਾਂਗੇ ਲੇਕਿਨ ਪੜਿਆ ਇਹ ਸਾਰੀ ਕਾਜਲੀ ਪੜਾਈ ਪਾਠ ਕਰੀਦਾ ਕਿਸੇ ਮਈਰਿੰਗ ਸਟਿੱਕ ਨਾ ਕਰੀਦਾ ਪੀਰ ਚ ਕੁਛ ਲੱਭਣਾ ਸੀ ਜਨਮ ਸਵਾਰਨਾ ਦਾ ਉਹ ਸ਼ਬਦ ਅਸੀਂ ਹੁਣ ਲਿਖਾਰ ਰਹੇ ਆਂ ਕੱਲ ਨੂੰ ਤੁਸੀਂ ਪਾਠ ਵੀ ਕਰੋ ਇਹਦਾ ਜਿੰਨਾਂ ਲੱਭੋ ਗਾਹ ਤੂੰ ਗਾਂ ਤੁਹਾਨੂੰ ਚੀਜ਼ਾਂ ਮਿਲਣਗੀਆਂ ਔਰ ਫਿਰ ਤੁਸੀਂ ਕਹੋਗੇ ਯਾਰ ਇਹਦੇ ਭੈ ਖਾਣਾ ਚਾਹੀਦਾ ਇਸ ਕਰਕੇ ਪਹਿਲੀ ਟੋਕ ਹੈ ਇਹ ਕੰਮ ਕਰੋ ਧੇ ਨਗਰ ਵਾ ਪਰ ਹਾਲੇ ਅਸੀਂ ਗੁਰੂ ਨਹੀਂ ਕੀਤਾ ਆਪਣਾ ਜੇ ਅਸੀਂ ਵਿਚਾਰੀ ਨਹੀਂ ਬਾਣੀ ਤੇ ਕਹੋ ਕਵੀਰ ਮੈਂ ਸੋ ਗੁਰੂ ਪਾਇਆ ਗੁਰੂ ਦੀ ਦੇਹ ਗੁਰੂ ਨਹੀਂ ਹੁੰਦੀ ਗੁਰੂ ਦੀ ਫੋਟੋ ਗੁਰੂ ਨਹੀਂ ਹੁੰਦੀ ਗੁਰੂ ਦੀ ਕੋਈ ਚੀਜ਼ ਹੋਰ ਕੋਈ ਚੈਸੀ ਕੋਈ ਪੂਜਣ ਵਾਲੀ ਚੀਜ਼ ਕੋਈ ਗੁਰੂ ਦੀ ਕੋਈ ਚੀਜ਼ ਦਾਸੀ ਨਹੀਂ ਦੇ ਨੂੰ ਤੇ ਗੁਰੂ ਨਾਨਕ ਦੇਵ ਪੁੱਤ ਵੀ ਦੇਖਦੇ ਸੀ ਪਰ ਸਾਵੇਂ ਜਿਹੜੀ ਕਾਟ ਕਰਨੀ ਆ ਉਹ ਗੁਰੂ ਦਾ ਗਿਆਨ ਹੁੰਦਾ ਜਿਹੜਾ ਪੋਥੀ ਚ ਬਾਬੇ ਲੈਣੇ ਨੂੰ ਦੇ ਦਿੱਤਾ ਸੀ ਇਸ ਕਰਕੇ ਜਿਹੜਾ ਸਾਡੇ ਕੋਲ ਐਡਾ ਖਜ਼ਾਨਾ ਹੋਵੇ ਕਰਾ ਸਾਰਾ ਐਡਾ ਹੁਣ ਤੇ ਇਹਦੀਆਂ ਸੈਂਚੀਆਂ ਕੰਪਿਊਟਰ ਨਿਕਲ ਚੁੱਕੇ ਆ ਸਾਬ ਬੱਚਾ ਬੱਚਾ ਇਹਦਾ ਗਿਆਨ ਸਮਝੇਗਾ ਹੁਣ ਕਿਉਂਕਿ ਇਹ ਜਿਹੜਾ ਗਿਆਨ ਹੈ ਇਹੋ ਹੀ ਸਾਡਾ ਪਹਿਲਾ ਗੁਰੂ ਹੈ ਕਹੋ ਕਬੀਰ ਮੈਂ ਸੁਗੁਰ ਪਾਇਆ ਜਾ ਕੇ ਨਾ ਆ ਹੁਣ ਸਾਡਾ ਪਹਿਲਾ ਗੁਰੂ ਜਿੰਨੇ ਆਪਣਾ ਗੁਰੂ ਹੀ ਨਹੀਂ ਕੀਤਾ ਉਹ ਉਦਾਂ ਹੀ ਦਮ ਗਏ ਮਾਰੀ ਜਾ ਵੀ ਮੈਂ ਸਿੱਖਿਆ ਗੁਰੂ ਤਾਂ ਹੀ ਕਰੇਗਾ ਜੇ ਇਹ ਇਹਨੂੰ ਸਮਝੇਗਾ ਤੇ ਇਸ ਕਰਕੇ ਪਹਿਲਾ ਵਿਚਾਰ ਬਹੁਤ ਜ਼ਰੂਰੀ ਹੈ ਸ਼ਬਦ ਦੀ ਔਰ ਵਿਚਾਰ ਵੀ ਆਪਣੀ ਮਾਤਨਾਂ ਨਹੀਂ ਕਰਨੀ ਸ਼ਬਦ ਨੂੰ ਸ਼ਬਦ ਨਾਲ ਖੋਲਣਾ ਮਤ ਪਿੱਛੇ ਰੱਖੋ ਐਡਾ ਗਿਆਨ ਦਿੱਤਾ ਹੀ ਤਦੇ ਹੈ ਕਿ ਜਿਹੜਾ ਇਨਸਾਨ ਪੜ ਕਰਨ ਲੱਗਦਾ ਜਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਉਹਨੂੰ ਕਿਤੇ ਇਹਨੇ ਕਿਤੇ ਐਸੀ ਕੰਡੀਸ਼ਨ ਮਿਲ ਜਾਂਦੀ ਹੈ ਆ ਆ ਆ ਸ਼ਬਦ ਮੇਰੇ ਤੇ ਵੜਦਾ ਐ ਜਦਾਂ ਟ੍ਰਾਇੰਗਲਜ਼ ਆਰ ਕਾਂਗਰੂਐਂਟ ਐਂਡ ਫੇਸ ਬੇ ਆ ਸ਼ਬਦ ਤੇ ਮੇਰੀ ਹਰ ਦਰ ਨਿਹਾਲ ਹੋ ਜਾਂਦਾ ਪਿਆ ਇਸ ਕਰਕੇ ਐਨੇ ਸ਼ਬਦ ਦੇ ਦਿੱਤੇ ਕਿਉਂਕਿ ਜਿੰਨਾ ਨੰਗਾ ਨਾਚ ਕਾਲ ਯੁਗ ਚ ਹੋ ਰਿਹਾ ਹੈ ਇਹਨਾਂ ਚੀਜ਼ਾਂ ਦਾ ਆ ਕਰੋਦਾ ਉਹ ਜਗੇ ਸਟੱਡ ਆ ਗਿਆ ਨਾ ਕਿਉਂਕਿ ਕਾਲ ਯੁਗ ਦੇ ਵਿੱਚ ਹੀ ਸੱਚੇ ਗਉਣਾ ਹੋਣਾ ਹੈ ਲਾ ਜੋਗ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੌਂ ਜੋਗਾਂ ਕਾ ਹੁਣ ਨਵੇੜਾ ਨਰਮਨੁਖਾਂ ਨੂੰ ਇੱਕ ਨਿਦਾਨਾ ਚਾਹੇ ਦੁਖ ਖਤਮ ਹੋਣਾ ਰਹਾ ਹੈ ਜੋਗ ਕੋਈ ਡੇਟ ਨਹੀਂ ਲਿਖੀ ਵੀ ਇੰਨੀ ਰਾਤ ਦੇ ਅੱਧੀ ਰਾਤ ਵੇਲੇ ਅਗਲਾ ਜੋਗ ਚੜ ਜਾਣਾ ਨਹੀਂ ਸੋਸਾਇਟੀ ਦਾ ਬਦਲ ਜਾਣਾ ਹੀ ਜੋਗ ਦਾ ਬਦਲ ਜਾਣਾ ਹੈ ਸਸ ਬੰਦੇ ਚੰਗੇ ਹੋਣੇ ਸ਼ੁਰੂ ਹੋ ਜਾਂਦੇ ਸਾ ਜੋਗ ਸਾਰਾ ਮਤਲਬ ਇਹ ਇਸਾਰਾ ਬਾਣੀ ਚ ਲਿਖਿਆ ਛੋ ਜਗਾਗਾ ਹੋਣ ਨਵੇੜਾ ਗੁਰੂ ਅਮਰਦਾਸ ਇਸ ਕਰਕੇ ਜੋ ਜੜਾ ਸੁਸਾਇਟੀ ਸੋਸਾਇਟੀ ਤੇ ਅਸਰ ਤਦੇ ਪਾਉਗਾ ਨਾ ਜਿਹੜੇ ਪੜਦੇ ਨਹੀਂ ਅਸੀਂ ਉਹਨੂੰ ਸਮਝ ਤੇ ਲਈਏ ਕੀ ਕਰਦੇ ਸਮਝ ਕੇ ਕੰਮ ਕਰਨਾ ਪੈਣਾ ਫਿਰ ਸੁਭਾਅ ਬਦਲਦੇ ਇਸ ਕਰਕੇ ਆ ਸ਼ਬਦ ਇਸ ਸਮਝ ਰਹੇ ਆਂ ਔਰ ਇਹਨਾਂ ਦੁਸ਼ਮਨਾਂ ਤੋਂ ਡਰਿਏ ਆ ਮੇ ਕਰੋ ਦਿਨ ਘਰ ਬਾਹ ਭਰੀਆ ਮਿਲੇ ਸਾਧੂ ਖੰਡਲ ਖੰਡਾਗੇ ਉਹ ਜਦੂ ਸਾਧੂ ਜਿਹਦੀ ਦੇਹ ਨਹੀਂ ਹੈ ਉਹ ਅੰਦਰ ਆਉਂਦਾ ਹੈ ਇਨਸਾਨ ਦੇ ਔਰ ਪਹਿਲਾਂ ਥੋੜਾ ਆਏਗਾ ਹੋਲੀ ਜੀ ਤੁਹਾਨੂੰ ਆਪਣੇ ਆਪ ਚੰਦਰ ਚੇਂਜ ਮਹਿਸੂਸ ਹੋ ਗਈ ਪਿਆ ਤੇ ਕੋਈ ਚੀਜ਼ ਕਲਾ ਵਰਤ ਗਈ ਹੈ ਅੰਦਰੋਂ ਥੋੜਾ ਆਉਂਦਾ ਕਿਰਪਾ ਕਰੇ ਜਿਸ ਭਾਰ ਬ੍ਰह्म ਹੋਵੇ ਸਾਧੂ ਸੰਗ ਬਾਹਰ ਨਹੀਂ ਅੰਦਰ ਲਾਇਆ ਕਿਰਪਾ ਕਰੇ ਜਿਸ ਭਾਰ ਬ੍ਰह्म ਹੋਵੇ ਸਾਧੂ ਸੰਗ ਜਿਉ ਜਿਉ ਵਧਾਏ ਤਿਉ ਤਿਉ ਹਰਿ ਸਿਉ ਰੰਗ ਉਸ ਦਸ਼ਾ ਨੂੰ ਥੋੜਾ ਜਿਹਾ ਅੰਦਰ ਆ ਗਿਆ ਫਿਰ ਉਹਨੂੰ ਹੋਰ ਨਾਮ ਜਪ-ਜਪ ਕੇ ਵਧਾਉਣਾ ਪੈਂਦਾ ਹੋਰ ਵਧਾਓ ਇਹ ਹੁਣ ਇਹ ਵੀ ਕਿਤੇ ਸਾਧੂ ਦੇ ਡੇਰੇ ਜਾਂਦੇ ਹੋ ਤੇ ਜਿਉਂ-ਜਿਉਂ ਉਹ ਵਧਾਈਏ ਤੇ ਉਹ ਤੇ ਸਭ ਆਪਣੇ ਤੇ ਠੋਕ ਰਹੇ ਨੇ ਕਿਰਪਾ ਕਰੇ ਜਿਸ ਵਾਰ ਬ੍ਰਹਮ ਹੋਵੇ ਸਾਧੂ ਉਹ ਸਾਧੂ ਸਾਡੀ ਦੀ ਦੇਹ ਨਹੀਂ ਹੈ ਦੇਹ ਸਾਰੇ ਗਿਆਨ ਚ ਭੱਜੀ ਪਈ ਹੈ ਦੇਹ ਮੰਨਦਾ ਹੀ ਨਹੀਂ ਗਿਆਨ ਸਿੱਧਾ ਨਾ ਪੁੱਛਿਆ ਬਾਬਾ ਤੂੰ ਜੀਵ ਕਹਿਣਾ ਸਾਰੇ ਦੇ ਮ ਨਾਰਦ ਮਨਾਰਦ ਮੋਨੀ ਐਡਾ ਵੱਡਾ ਗੁਰੂ ਹੋਇਆ ਰਿਸ਼ੀਆਂ ਦੇ ਫਲਾਨੇ ਐਡੇ ਗੁਰੂ ਹੋਏ ਐ ਜਿਹੜੇ ਵੱਡੇ ਗੁਰੂ ਹੋਏ ਤੂੰ ਕਹਿੰਦਾ ਮੇਰੇ ਗੁਰੂ ਦੀ ਦੇ ਨਹੀਂ ਹੈ ਅਸੀਂ ਇਹਨੇ ਨੇ ਸਾਲ ਦੇ ਤਪ ਕਰੇ ਇੱਥੇ ਬੈਠੇ ਪਰ ਬਾਲਿਆ ਤੇਰੀ ਉਮਰ ਤੇ ਛੋਟੀ ਬਾਲਾ ਕਹਿੰਦੇ ਸੀ ਸਿੱਧ ਤੇਰੀ ਉਮਰ ਤੇ ਬੜੀ ਛੋਟੀ ਹੈ ਤੇਰੀਆਂ ਗੱਲਾਂ ਬੜੀਆਂ ਸਿਆਣੀਆਂ ਤੂੰ ਸਬਦ ਤੇ ਬਹੁਤ ਜੋਰ ਦੇਣਾ ਸਬਦ ਦੋ ਕਿਸਮ ਦੇ ਹੈ ਇੱਕ ਸ਼ਬਦ ਜਪਣ ਵਾਲਾ ਹੈ ਜਿਹੜਾ ਅਸੀਂ ਗੁਰਮੰਤਰ ਜਪਦੇ ਆਂ ਇੱਕਾ ਸ਼ਬਦ ਹੈ ਜਿਹੜੇ ਕਿ ਆ ਵੀ ਆ ਵੀ ਇਹਨਾਂ ਨੂੰ ਵੀ ਮਾਨ ਸ਼ਬਦ ਦਾ ਹੀ ਦਿੱਤਾ ਇਹ ਗਿਆਨ ਦੇਣਗੇ ਉਹ ਸਾਡੀ ਕਲਿਆਣ ਕਰੇਗਾ ਜਪ ਜਪ ਕੇ ਉਹ ਕਹਿੰਦਾ ਤੂੰ ਸ਼ਬਦ ਦਾ ਬਹੁਤ ਜ਼ੋਰ ਦੇਣਾ ਉਹ ਕਹਿੰਦਾ ਭਾਈ ਉਹ ਕਹਿੰਦੇ ਤੇਰਾ ਗੁਰੂ ਕੋਈ ਨਹੀਂ ਤੇ ਤੂੰ ਫਿਰ ਕਿੱਥਾਂ ਭਜਨ ਸ਼ੁਰੂ ਕਰਦਾ ਤੇਰੇ ਕਿੱਥੋਂ ਸਟਾਰਟ ਕਰਦਾ ਤੇਰਾ ਤਰੀਕਾ ਕੀ ਹੈ ਕੀ ਉਹਨਾਂ ਨੇ ਸਵਾਲ ਪਾਇਆ ਕਵਨ ਮੂਲ ਤੇਰਾ ਮੁੱਢ ਕੀ ਹੈ ਕਵਨ ਮਾਤ ਕਿਹੜੀ ਮਾਤ ਨਾ ਭਜਨ ਕਰਦਾ ਕਵਨ ਮੂਲ ਕਵਨ ਮਥ ਔਰ ਕਿਹੜੇ ਵੇਲੇ ਭਜਨ ਕਰਦਾ ਕਵਨ ਮੂਲ ਕਵਨ ਮਥ ਵੇਲਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਬਾਬੇ ਨੇ ਕਿਹਾ ਪਾਵਨ ਆਰੰਭ ਮੈਂ ਹਵਾਨਾ ਸ਼ੁਰੂ ਕਰਦਾ ਆਪਣੀ ਭਗਤੀ ਹਵਾ ਹੈ ਵਾਹੇ ਆਕਸੀਜਨ ਅੰਦਰ ਖਿੱਚਦਾ ਮੈਂ ਜਿਹੜੀ ਲਾਈਫ ਹੈ ਪਾਵਨ ਆਰੰਭ ਅੱਖਰਨੀਆਂ ਪਵਨ ਆਵਾਜ਼ ਹੀ ਵਾਹ ਵਾਹ ਗੁਰੂ ਅੱਖਰ ਉਹ ਅਖੀਰ ਤੇ ਦੇਣਗੇ ਅਗਲੀ ਲਾਈਨ ਚ ਪਾਵਨ ਆਰੰਭ ਔਰ ਮੈਂ ਆਪਣੀ ਸਤਗੁਰ ਦੀ ਮਾਤਨਾ ਭਜਨ ਕਰਦਾ ਸਤਗੁਰ ਮਤ ਵੇਲਾ ਅਸੀਂ ਇਸੀ ਚੀਜ਼ ਤੇ ਵਾਰ-ਵਾਰ ਆ ਰਹੇ ਆਂ ਕਿ ਗੁਰੂ ਨਾਨਕ ਦਾ ਕਿਹੜਾ ਸਤਗੁਰ ਸੀ ਆਪਣੇ ਆਪ ਨੂੰ ਤੇ ਵਿਰਾਦਾ ਸਵਾਮੀ ਕਹੇ ਨਹੀਂ ਸਕਦੇ ਵੀ ਮੈਂ ਸਤਗੁਰ ਲਿਖ ਨਵਰੇ ਸੇਣੀ ਸਭ ਆ ਰਹੇ ਨੇ ਕਿਉਂਕਿ ਇਹ ਇਹ ਪੇਦ ਕੋ ਕੋ ਖੜੇ ਸਾਜ ਗਾਉਣਾ ਇਹ ਪੇਦ ਖੁੱਲੇ ਹੀ ਨਹੀਂ ਕਦੀ ਆਸੇ ਤਾਂ ਕਿ ਸਤਗੁਰ ਕੌਣ ਹੈ ਉਹਦੀ ਕਿਰਪਾ ਹੈ ਸਾਰੀ ਸਿੱਖੀ ਜਿਹੜੀ ਸਭ ਮਸ਼ਹੂਰ ਹੈ ਕਿ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਸੀ ਪੁਰਖ ਹੈ ਔਰ ਸਭ ਮੇਰਾ ਸਮਾ ਸਭ ਦਾ ਹੀ ਮਤਲਬ ਹੈ ਦੇ ਗਲੋਬ ਦੇ ਉੱਤੇ ਜਿਹਦੀਆਂ ਵੀ ਦੋ ਅੱਖਾਂ ਦੋ ਕੰਨ ਇੱਕ ਮੂੰਹ ਦੋ ਨੱਕ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਰਹੇ ਨੇ ਮਾਨਸ ਕੀ ਜਾਤ ਉਹ ਜਾਤ ਕੀ ਹੈ ਕਿਸੇ ਦੀਆਂ ਸਿਰਦਾ ਕਦੀ ਤਿੰਨ ਅੱਖਾਂ ਨਹੀਂ ਹੋਈਆਂ ਮਾਨਸ ਦੀ ਕਦੇ ਗੁਰੂ ਮਹਿੰਸ ਸਿੰਘ ਜੀ ਦੀਆਂ ਦੋ ਨੱਕ ਆ ਸਾਰੀਆਂ ਚੀਜ਼ਾਂ ਐ ਇਨਸਾਨ ਐ ਗਲੋਬ ਦੇ ਉੱਤੇ ਧਰਤੀ ਦੇ ਉੱਤੇ ਸਾਰਾ ਕੋਈ ਵੀ ਉਹ ਉਹ ਸਾਰਾ ਆਲ ਹਿਊਮਨ ਇਕੁਅਲ ਸਾਰੇ ਕੋਈ ਇਹ ਆ ਉਹਨਾਂ ਦੇ ਵਿੱਚ ਤੋ ਸਦਾ ਸਾਰਿਆਂ ਕੀ ਸਮਾਇਆ ਔਰ ਉਹ ਜੜਾ ਉਹ ਉਹਦੀ ਦੇਣੀ ਹੈ ਉਹ ਹੈ ਸਤੇਗੁਰੂ ਕੱਲ ਦੱਸਿਆ ਸੀ ਵੀ ਸਤੇਗੁਰੂ ਦਾ ਮਤਲਬ ਹੀ ਕਿਹੜਾ ਗੁਰੂ ਜਿਹੜਾ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ ਸਾਰੇ ਬੋਲਿਓ ਹੁਣ ਕਿਹੜਾ ਗੁਰੂ ਕਿਹੜਾ ਸਤਿਗੁਰੂ ਜਿਹਦੀ ਸਦਾ ਹੀ ਹੋਂਦ ਹੈ ਯਾਬੀ ਦਾ ਲੱਭਸਾ ਤੋ ਸਤੇਗੁਰੂ ਸਾਡਾ ਹੈ ਜੀ ਸਦਾ ਹੀ ਹੋਂਦ ਹੈ ਉਹ ਹੋਣੀ ਕਦੇ ਨਹੀਂ ਉਹ ਕਰੀਏ ਨਹੀਂ ਹੋਇਆ ਗਿਆ ਜਾਂ ਨਹੀਂ ਹੈ ਉਹ ਹਮੇਸ਼ਾ ਪ੍ਰੈਜ਼ੈਂਟ ਹੈ ਸਦਾ ਹੀ ਹੈ ਆਵੇ ਸਾਡਾ ਸੱਤੇ ਗੁਰੂ ਔਰ ਉਹ ਉਹ ਜਿਹੜਾ ਸੱਤੇ ਗੁਰੂ ਹੈ ਉਹ ਕਹਿੰਦਾ ਵੀ ਮੇਰੇ ਜਿਹੜੀ ਜਿਹੜੇ ਮੈਨੂੰ ਸ਼ਬਦ ਆਉਂਦੇ ਸਾਰੇ ਗੁਰੂ ਮਹਾਰਾਜ ਨੂੰ ਕਿੰਨੀ ਬਾਣੀ ਆਈ ਬਾਬੇ ਨਾਨਕ ਨੂੰ ਉਹ ਕਹਿੰਦਾ ਜੈਸੀ ਮੈਂ ਆਵੇ ਖਾਸਮ ਕੀ ਬਾਣੀ ਤੈ ਸੜ ਕਰੀ ਗਿਆਨ ਵਿੱਚ ਲਾ ਲੋ ਕਹਿੰਦਾ ਮੈਂ ਕਿਹੜੀ ਮੱਤ ਨਾ ਭਜਨ ਕਰਦਾ ਮੈਂ ਕਹਿੰਦਾ ਸਤ ਗੁਰ ਮੱਤ ਵੇਲਾ ਮੇਰਾ ਸਤਗੁਰੂ ਕਾਲ ਪਰਖਦੇ ਉਹ ਜਿਹੜੇ ਸ਼ਬਦ ਆਉਂਦੇ ਮੈਨੂੰ ਮੈਂ ਉਹ ਸ਼ਬਦਾਂ ਦੇ ਹਿਸਾਬ ਦੇ ਨਾਲ ਭਗਤੀ ਕਰਦਾ ਸਿੱਧਾ ਨ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇ ਕਵਨ ਗੁਰੂ ਜਿਸ ਦਾ ਤੂੰ ਚੇਲਾ ਪਾਵਨ ਆਰੰਭ ਇਹਨਾਂ ਮੈਂ ਹਵਾ ਨਾਲ ਵਾਹੇ ਅੰਦਰ ਖਿੱਚਦਾ ਔਰ ਅਗਲਾ ਸ਼ਬਦ ਮੈਂ ਦੱਸ ਵੀ ਦਾਂਗਾ ਉਹ ਮੈਂ ਬਾਹਰ ਕੱਢਦਾ ਪਾਵਨ ਆਰੰਭ ਸਤਿਗੁਰ ਮਤ ਵੇਲਾ ਤੇ ਸ਼ਬਦ ਗੁਰੂ ਗੁਰੂ ਦਸ ਗਿਆ ਸ਼ਬਦ ਸ਼ਬਦ ਗੁਰੂ ਔਰ ਉਹਦੇ ਵਿੱਚ ਹੀ ਮੈਂ ਸੁਰਤ ਰੱਖਦਾ ਉਹਦੀ ਧੁਨ ਦੇ ਵਿੱਚ ਹੀ ਮੈਂ ਧਿਆਨ ਰੱਖਦਾ ਔਰ ਮੈਂ ਉਸ ਆਪਣੇ ਰੱਬ ਤੋਂ ਹੀ ਤੇ ਗੋਰਖ ਦੇ ਚੇਲੇ ਹੋ ਮੈਂ ਆਪਣੇ ਰੱਬ ਦਾ ਚੇਲਾ ਬਣ ਜਾਂਦਾ ਕਿਉਂਕਿ ਚੇਲੇ ਸਾਇਮ ਹੁੰਦੇ ਸੀ ਇਹਨਾਂ ਦੇ ਜੋਗੀਆਂ ਦੇ ਮਹਾਰਾਜ ਨੇ ਕਿਹਾ ਮੈਂ ਰੱਬ ਦਾ ਚੇਲਾ ਹਾਂ ਤੋ ਕਵਨ ਮੂਲ ਕਵਨ ਮਤਵੇਲਾ ਤੇ ਰ ਕਵਨ ਗੁਰੂ ਜਿਸ ਦਾ ਤੂੰ ਚੇਲਾ ਸਬਦ ਗੁਰੂ ਸੁਰਤ ਪਵਨ ਆਰੰਭ ਸਤੇਗੁਰ ਮਤਵੇਲਾ ਸਬਦ ਗੁਰੂ ਸੁਰਤ ਤੇ ਧੁਨੇ ਕਿ ਲਾ ਮੈਂ ਸੁਰਤੇ ਤੋਂ ਨਹੀਂ ਰੱਖ ਕੇ ਹੁਣ ਦੱਸੋ ਇੱਥੇ ਮਹਾਰਾਜ ਨੇ ਦੇਹ ਸਾਫ ਨਹੀਂ ਕਰ ਦਿੱਤੀ ਵੀ ਮੈਨੇ ਦੇਹ ਨਹੀਂ ਔਰ ਮੈਂ ਕਿਹਦੀ ਮਾਤਰਾ ਸਾਰੀ ਗੁਰੂ ਰੰਧ ਸਾਹਿਬ ਦੀ ਬਾਣੀ ਹੀ ਮਤ ਗੁਰਮਤ ਹੈ ਕਿਸੇ ਦੀ ਕਿਤਾਬ ਨਹੀਂ ਕੋਈ ਭਾਂਜਣ ਸਾਨੂੰ ਕੋਈ ਰਹਿਤ ਨਾ ਮਾਣੀ ਸਾਡੀ ਸਾਡੇ ਸਤਿਗੁਰ ਦੀ ਬਾਣੀ ਮਤ ਗੁਰਮਤ ਹੈ ਇਥੋਂ ਬਾਅਦ ਕੋਈ ਅਸੀ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈ ਤੋ ਜਿਹੜਾ ਸ਼ਬਦ ਹੈ ਉਹਦੀ ਦੇਹ ਨਹੀਂ ਹੈ ਨਾ ਅਕਾਲ ਪੁਰਖ ਦੀ ਦੇਹ ਹੈ ਨਾ ਸਤਿਗੁਰ ਦੀ ਦੇਹ ਹੈ ਨਾ ਸ਼ਬਦ ਜਪਨ ਵਾਲੇ ਦੀ ਦੇਹ ਰਹਿੰਦੀ ਹੈ ਜਿੰਨੀ ਸੇਵਿਆ ਜਿੰਨੀ ਸੇਵਿਆ ਮੇਰਾ ਹਰਜੀ ਤੇ ਹਰੇ ਹਰੇ ਰੂਪੇ ਸਮਾਸੀ ਉਹ ਜਪਣ ਦੇ ਰੂਪ ਕੀ ਸਮਾ ਜਾਂਦੇ ਹੈ ਇਸ ਕਰਕੇ ਦੇਹ ਦਾ ਪਵਾੜਾ ਖਤਮ ਹੈ ਦੇਹੀ ਕਾਚੀ ਕਾਗਜ਼ ਮਿਕਦਾਰਾ ਸਾਡਾ ਜਿਹੜਾ ਸਤਿਗੁਰੂ ਹੈ ਉਹਦੀ ਦੇਹ ਨਹੀਂ ਹੈ ਇਸ ਕਰਕੇ ਉਹ ਜਿਹੜਾ ਸਤਿਗੁਰਾ ਉਹਨੂੰ ਹੀ ਸਾਧੂ ਕਿਹਾ ਹੈ ਉਨੂੰ ਹੀ ਸ਼ਾਂਤ ਕਿਆ ਜਦੋਂ ਅੰਦਰ ਆ ਜਾਂਦਾ ਹੈ ਸਭ ਤੋਂ ਪਹਿਲਾ ਬੰਦੇ ਦਾ ਮਨ ਬੈਠ ਜਾਂਦਾ ਹੈ ਪਰ ਉਹ ਥੋੜਾ ਥੋੜਾ ਆਉਣਾ ਕਿਰਪਾ ਕਰੇ ਜਿਸ ਵਾਰ ਬ੍ਰह्म ਹੋਵੇ ਸਾਧੂ ਸੰਗ ਜਿਉਂ-ਜਿਉਂ ਉਹ ਵਧਾਈਏ ਤਿਉ ਤਿਉ ਹਰਿ ਸਿਉਂ ਹੋਰ ਰੰਗ ਚੜਦੇ ਫਿਰ ਜਿਹੜਾ ਅੰਦਰ ਹੌਲੀ-ਹੌਲੀ ਪਹਿਲਾਂ ਥੋੜਾ ਜਿਹਾ ਆਉਣਾ ਇਸ ਕਰਕੇ ਉੱਥੋਂ ਬਾਅਦ ਉਹ ਵਧਣਾ ਸ਼ੁਰੂ ਹੋਣਾ ਤੁਹਾਡੀ ਆਪਣੀ ਕਮਾਈ ਕਿਦਾਂ ਦੀ ਸੰਗਤ ਕਰਦੇ ਹੋ ਔਰ ਪਿਛਲੀ ਕਰਤੂਤ ਵੀ ਕੋਈ ਸ਼ਾਇਦ ਪਿਛਲੇ ਕਰਮ ਤਿੰਨ ਫੈਕਟਰ ਆ ਉਸ ਸਾਧੂ ਨੂੰ ਗਾਂ ਵਧਾਉਣ ਨੇ ਕਿੱਦਾਂ ਦੀ ਸੰਗਤ ਤਾਂ ਤੁਹਾਡੀ ਨਾਮ ਜਪਣ ਵਾਲੀ ਜਾਂ ਦੂਸਰੀਆਂ ਦੀ ਜੋ ਜੈਸੀ ਸੰਗਤ ਕਰੇ ਉਸ ਤੈ ਸਾਫਲ ਪਾਏ ਇਸ ਕਰਕੇ ਪਿਛਲਾ ਕਰਮ ਐਤੋਂ ਬਾਅਦ ਔਰ ਸਭ ਤੋਂ ਵੱਡਾ ਫੈਕਟਰ ਹੈ ਉਹਦਾ ਗੁਰ ਪ੍ਰਸਾਦ ਹੀ ਸਭ ਕੁਝ ਕੰਮ ਹੋਣਾ ਉਹਨੇ ਮੇਰ ਕਰ ਦੇਣੀ ਫਿਰ ਲੇਕਿਨ ਮੇਰ ਵੀ ਉਹਦੇ ਕੋਲ ਇੰਨੀ ਖੁੱਲੀ ਨਹੀਂ ਵੀ ਹਰਕ ਨੂੰ ਗੁਰ ਪ੍ਰਸਾਦ ਦੇਈ ਜਾਊਗਾ ਹੋਈ ਤੇਰੀ ਕਮਾਈ ਦੇ ਸਾਹਮਣੇ ਦਿੰਦਾ ਅਜੇ ਦੇ ਪਿਛਲੇ ਕਰਮ ਹੋਣ ਕਿੱਦਾਂ ਦੀ ਸੰਗਤ ਕਰਦਾ ਹੈ ਫਿਰ ਉਹ ਮਿਹਰਬਾਨ ਹੈ ਸਦਾ ਇਸ ਕਰਕੇ ਇਹ ਜਿਹੜੇ ਫੈਕਟਰ ਹੈ ਇਹ ਉਹਨੂੰ ਬੰਦੇ ਨੂੰ ਫਿਰ ਅੰਦਰ ਉਹ ਸਾਧੂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਉਹ ਸਾਧੂ ਦਾ ਜਿਹੜਾ ਪ੍ਰਗਟ ਹੋਣਾ ਉਹਦੇ ਨਾਲ ਪਹਿਲਾਂ ਮਾਨ ਖੜਾ ਹੁੰਦਾ ਹੈ ਮਾਨ ਖੜਾ ਆ ਗਿਆ ਤੇ ਸਵਾਦ ਆ ਗਿਆ ਉਹਦੇ ਲਈ ਲਿਖਿਆ ਔਰ ਫਿਰ ਸਾਰੀ ਉਮਰ ਦਾ ਜਿਹੜਾ ਸਫਰ ਹੈ ਜ਼ਿੰਦਗੀ ਦਾ ਉਹ ਮਜ਼ੇਦਾਰ ਹੋ ਜਾਂਦਾ ਕਹਿੰਦਾ ਆਹ ਮੇਰੇ ਅੰਦਰ ਸਾਧੂ ਆ ਗਿਆ ਜੇ ਮਾਨ ਖੜਾ ਹੋ ਗਿਆ ਔਰ ਨਾਲ ਹੀ ਅੰਦਰ ਅਖੰਡ ਕੀਰਤਨ ਤੇ ਸਭੋਜਨ ਚੂਰਾ ਕੋ ਨਾਨਕ ਜੀ ਸਤਿਗੁਰੂ ਪੂਰਾ ਅੰਦਰੋਂ ਕੀਰਤਨ ਐ ਸਭ ਲੱਭਤੀ ਉਸ ਮਿਊਜ਼ਿਕ ਹੋ ਰਿਹਾ ਅੰਦਰ ਉਹ ਟੁੱਟਦਾ ਹੀ ਨਹੀਂ ਆ ਨਿਹਾਲ ਨਿਹਾਲ ਹੋ ਕੇ ਤਾਂ ਪਿਛਲੇ ਸ਼ਬਦ ਦੀ ਖੀਲ ਦੀ ਟੋਕ ਲਾਈ ਥੇਰ ਸਾਦ ਸੌ ਫਰੀਆ ਜਹਾਂ ਕੀਰਤਨ ਹਰੀ ਹੋ ਅਬਿਆਸੀ ਬਾਰ ਨਹੀਂ ਸ਼ਰਨ ਪੈਂਦਾ ਅੰਤਰਗਤੀ ਹੋ ਕੇ ਐ ਪਾਵਰ ਦੇ ਸਰਨ ਪੈਂਦਾ ਸਤਿਗੁਰੂ ਦੀ ਥੇਰ ਸਾਦ ਸਫਰੀਆ ਜਹ ਕਿਰਤਨ ਹਰੀ ਜਹ ਕਿਰਤਨ ਹਰੀ ਆ ਨਾਨਕ ਸਰਨ ਰੀਆ ਐ ਸ਼ਬਦ ਵੀ ਜਦੋਂ ਸਾਧੂ ਆਉਂਦਾ ਹੈ ਆ ਜਿਹੜੇ ਪੰਜੇ ਹੈ ਇਹਨਾਂ ਦੇ ਟੋਟੇ ਟੋਟੇ ਹੋ ਜਾਂਦੇ ਆ ਹੁਣ ਇਸੇ ਚੋਂ ਲਾਈਨਾਂ ਚ ਦੱਸਣਗੇ ਕਿ ਇਹ ਸਾਧੂ ਕਿਹੜੀ ਅਵਸਥਾ ਚਾਹੁੰਦਾ ਹੈ ਆਓ ਪਹਿਲਾਂ ਇਹ ਲਾਈਨਾਂ ਪੜ ਲਈਏ ਕਾਮੇ ਕਰੋ ਦੇ ਨਗਰ ਬਾਹ ਭਰੇ ਮੇ ਮੇਲ ਸਾਧੂ ਨਹੀਂ ਮੇਲ ਹੁਕਮ ਨਾਮ ਨ ਹੋ ਜੂ ਮੇਲੇ ਸਾਧੂ ਸਾਦੀ ਕਹਤੇ ਮਿਲ ਜੇ ਮੈਨੂੰ ਅਦੀ ਮੇਲ ਨਹੀਂ ਕਹਿਣਾ ਸਿਹਾਰੀ ਅਗਲੇ ਨੂੰ ਵੀ ਹੈ ਲੱਲੇ ਨੂੰ ਮੇਲੇ ਸਾਧੂ ਬੇਨਤੀ ਕਰਦੇ ਆ ਸਾ ਮੈਨੂੰ ਇਹੋ ਜਿਹਾ ਸਾਧੂ ਮਿਲ ਜਾ ਫੇਰ ਇਹਨਾਂ ਦੇ ਟੋਟੇ ਟੋਟੇ ਟੁਕੜੇ ਕਰ ਸਟਣੀ ਉਹਨੇ ਕਾਮੇ ਕਰੋ ਦੇ ਨਗਰ ਬਾਹ ਪਹਾਰੇ ਮੇਲੇ ਸਾਧੂ ਖੰਡਲ ਖੰਡਾ ਹੈ ਕਿਉਂ ਸੀ ਇਹਨਾਂ ਜ਼ੋਰ ਲਾ ਰਹੇ ਆ ਤਾਂ ਕਿ ਸਾਡੇ ਐਦੇ ਬਾਬਾ ਅਤਰ ਸਿੰਘ ਜੀ ਨੇ ਕੋਈ ਕਿਤਾਬ ਨਹੀਂ ਲਿਖੀ। ਭਲੀ ਨਾਮ ਦੇ ਵਿਆਸੀ ਤਖੜੇ ਮਤਲਬ ਜੇ ਸਿੱਖੀ ਤੇ ਸਮਝਾਇਆ ਜਾਏ ਤੇ ਨਾਮ ਜਪਿਆ ਜਾਂ ਲੇਕਿਨ ਸਾਡੇ ਬਾਪੂ ਜੀ ਉਹਨੇ ਤੇ ਸਮਕਾਲੀ ਸੀ ਨਾਲ ਜਾਂਦਾ ਪੋਸਿਬਲੀ ਉਹ ਆਉਂਦੇ ਹੁੰਦੇ ਸੀ ਉਹਨਾਂ ਨੂੰ ਕਾਫੀ ਸੰਗਤ ਕੀਤੀ ਤੇ ਸਾਡੇ ਬਾਪੂ ਜੀ ਕਹਿੰਦੇ ਵੀ ਉਹ ਕਹਿੰਦੇ ਹੁੰਦੇ ਸੀ। ਭਈ ਸਾਧੂ ਉਹਨਾਂ ਦੇ ਨਾਲ ਪ੍ਰੋਫੈਸਰ ਤੇਜਾ ਸਿੰਘ ਜੀ ਡਬਲਯੂ ਐਮ ਇਹ ਜਿਹੜੇ ਸਾ ਉਹ ਉਹਨਾਂ ਨੇ ਕਿਤਾਬ ਲਿਖੀ ਹੈ ਜੀਵਨੀ ਬਾਬੇ ਆਤਰ ਸਿੰਘ ਜੀ ਲੈਂਗੁਏਜ ਡਿਪਾਰਟਮੈਂਟ ਚ ਬੜੇ ਭਾਰੇ ਸਾਹਿਬ ਉਹ ਵੀ ਇਹਨਾਂ ਦੇ ਨਾਲ ਲੱਗੇ ਹੋਏ ਹਨ ਉਹਨਾਂ ਨੇ ਪਹਿਲੀ ਫੋਟੋ ਜੀ ਉਸ ਕਿਤਾਬ ਜੀ ਦਿੱਤੀ ਹੈ ਤੇ ਬਾਬਾ ਆਤਰ ਸਿੰਘ ਜੀ ਦਿੱਤੀ ਸੀ ਦੂਜੀ ਅਗਲੀ ਦੇ ਦਿੱਤੀ ਐ ਸੰਤ ਕਰਕੇ ਬੈਠੇ ਆਪ ਉਹਨਾਂ ਨੇ ਹੀ ਉਹਨਾਂ ਨੂੰ ਵਿਲੈਚ ਚ ਭੇਜਿਆ ਸੀ ਗਾ ਪੜ੍ਹਨ ਕਿਉਂਕਿ ਮਸਤੂਆਣੇ ਦਾ ਕਾਲੀਦਾ ਕੇ ਸੀ ਵੀ ਵਧੀਆ ਤੋਂ ਵਧੀਆ ਪ੍ਰੋਫੈਸਰ ਬਣ ਕੇ ਆ ਸਾ ਉਹਨੇ ਜਿੰਨੀ ਵੀ ਉਹਨਾਂ ਦੀ ਜੀਵਨੀ ਲਿਖੀ ਹੈ ਕਮਾਲ ਦੀ ਹੈ ਪਰ ਜੇਤੇ ਸੰਤ ਸਾਧ ਆ ਜਾਂਦਾ ਉਹ ਸਾਰੇ ਬਾਬਾ ਅਤਰ ਸਿੰਘ ਦੇ ਪਰਾ ਦੇਂਦੇ ਇਹ ਸੰਤ ਜਣ ਵੀ ਉਥੋਂ ਚੱਲਦੀ ਹੈ ਸਾਰੀ ਲੇਕਿਨ ਉਹਨਾਂ ਦੀ ਅਗਿਆਨਤਾ ਹੈ ਬਾਣੀ ਦਾ ਸਾਫ ਨਹੀਂ ਹੁੰਦਾ ਕਿਉਂਕਿ ਜੀ ਉਹ ਆਪਣੀ ਕਿਤਾਬ ਚ ਸਾਰੇ ਚ ਲਿਖਦੇ ਜੀ ਕੀ ਸਿੱਖੀ ਦੇ ਵਿੱਚ ਕੋਈ ਸਾਧੂ ਸੰਤ ਨਹੀਂ ਹੈ ਕਾਮਲ ਫਕੀਰੀ ਜਾਂ ਸਾਰੀ ਅਸੀਂ ਕਹਿੰਦੇ ਮੰਨਦੇ ਇੱਜ਼ਤ ਦਿੱਤੀ ਸਾਰੀ ਠੀਕ ਹੈ ਲੇਕਿਨ ਬਾਬਾ ਜੀ ਜੋ ਬਹੁਤ ਗਰੀਬੀ ਸੀ ਬਾਬਾ ਅਤਰ ਸਿੰਘ ਉਹ ਉਹ ਆਪਣੀ ਕਿਤਾਬ ਦੀ ਜਿੰਨੇ ਸ਼ਬਦ ਆਧਾਰਨ ਦਿੰਦੇ ਆ ਸਾਰੇ ਅਸੀਂ ਸਟੱਡੀ ਕੀਤੇ ਆ ਅਸੀਂ ਸਭ ਦੇਖ ਕੇ ਉੱਥੋਂ ਦੇਖ ਕੇ ਸਾਰੀ ਚੀਜ਼ ਵੀ ਹੋਵੇ ਤੇ ਸੰਤ ਸਾਧ ਦਾ ਮਤਲਬ ਹੀ ਨਹੀਂ ਸਮਝਦਾ ਕੋਈ ਵੀ ਸੰਤ ਕਿੰਨੂ ਕਿਹਾ ਸਾਧ ਕੀਨ ਕਿਹਾ ਇਸ ਕਰਕੇ ਉਹ ਅਸੀਂ ਨਖੇੜ ਰਹੇ ਆ ਕਿ ਆ ਕਿਹੜਾ ਸਾਧੂ ਹੈ ਬਾਹਰ ਜਿਹੜਾ ਮੈਂ ਅਜੋਣੀਆਂ ਚੀਜ਼ਾਂ ਕਰ ਦੇਗਾ ਜਿਹਦੇ ਨਾਲ ਮਨ ਖੜਾ ਹੋ ਜਾਏ ਔਰ ਅੰਦਰ ਆਉਣਾ ਉਹਨੇ ਇਸ ਕਰਕੇ ਮਲੇ ਸਾਧੂ ਉਹ ਸਾਰੀ ਕਿਤਾਬ ਦਾ ਕਈ ਸਾਡੀਆਂ ਅਸੀਂ ਵੀ ਜਵਾਨੀਆਂ ਖਰਾਬ ਕਰ ਲੀਆਂ ਪੜ ਪੜ ਅਸੀਂ ਮਾਰ ਪੜਾਈ ਛੱਡ ਕੇ ਕਿਤੇ ਸਾਧੂ ਲੱਭਦੇ ਫਿਰੇ ਕਈ ਦੂ ਕਈ ਕੁਝ ਕੀਤਾ ਮੁੜ ਕੇ ਮਨ ਗਿਆਨ ਗਿਆਨ ਕੀ ਧਿਆਨ ਕਹਿ ਰਿਹਾ ਬਾਹਰਲਾ ਸਾਧੂ ਨਹੀਂ ਹੈ ਇਸੇ ਕਰਕੇ ਕੱਲ ਤੋਂ ਕੋ ਯਾਦ ਕਰਾਈ ਸੀ ਸੰਗਤ ਨੂੰ ਵੀ ਬਾਬੇ ਨਾਨਕ ਦਾ ਜੋ ਸਾਧੂ ਉਹ ਸਾਡੀ ਸਾਡਾ ਸਾਧੂ ਉਹ ਬਾਬਾ ਨਾਨਕ ਕਹਿੰਦਾ ਸਤਿ ਗੁਰ ਸਾਧਨਾ ਸੇਵਿਆ ਹਰ ਭਗਤੇ ਨਾ ਭਾਈ ਹਰ ਭਗਤੇ ਨਾ ਭਾਈ ਸਤਿਗੁਰ ਸਾਧਨਾ ਸੇਵਿਆ ਹਰ ਭਗਤੇ ਨਾ ਭਾਈ ਬਿਨ ਨਾਮੇ ਕਿਆ ਜੀਵਨਾ ਫੇਟ ਤ੍ਰਿਗਚਤ ਰਾਈ ਬਾਬਾ ਨਾਨਕ ਕਹਿੰਦਾ ਵੀ ਮੈਂ ਸਤਿਗੁਰ ਸਾਧ ਦੀ ਸੇਵਾ ਕੀ ਹੈ ਨਾਮ ਹਮਾਰੇ ਗੁਰ ਕੀ ਸੇਵ ਦੇ ਹੈ ਹੀ ਨਹੀਂ ਨਾਮ ਹਮਾਰੇ ਪੂਜਾ ਦੇ ਇਸ ਕਰਕੇ ਸਤਗੁਰ ਸਾਧਨਾ ਸੇਵਿਆ ਹਰ ਭਗਤੇ ਨੇ ਤੂੰ ਭਗਤੀ ਕਰ ਕਰਕੇ ਉਸ ਸਤੇਗੁਰ ਸਾਧ ਦੋਨੋ ਨਫਜ਼ ਇਕੱਠੇ ਆ ਗਏ ਜੋ ਬਾਬੇ ਨਾਨਕ ਦਾ ਸਾਧ ਉਹੀ ਸਾਡਾ ਸਾਧ ਫਿਰ ਸਿਧ ਗੋਸ਼ਤ ਦੱਸਿਆ ਸੀ ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸਲਿਓ ਕਿਹੜਾ ਸਿਧ ਗੋਸ਼ਤ ਦੇ ਵਿੱਚ ਬਾਬੇ ਨਾਨਕ ਨੂੰ ਸੰਤ ਮਿਲਿਆ ਤੇ ਕੱਲਾ ਜਿਥੇ ਹੋਵੇ ਇਹ ਉਹ ਵਜੂਦ ਹੈ ਉਹ ਹੈ ਸੰਤ ਇਕੁਲ ਟੂ ਸਾਧ ਇਕੁਲ ਟੂ ਸਤਗੁਰੂ ਹੋਣਾ ਸ਼ਬਦ ਖੁੱਲੇਗਾ ਕਿ ਪਿੱਛੇ ਕਿਹੜਾ ਸਾਧੂ ਮਿਲਿਆ ਜਿਹਦੇ ਨਾਲ ਮਨ ਖੜਾ ਹੋ ਗਿਆ ਅੰਦਰ ਹੋਣਾ ਸਾਧੂ ਆਇਆ ਵਾ ਕਾ ਮੇ ਕਰੋ ਬਾਹਰ ਦਾ ਸਾਧੂ ਕਿਦਾਂ ਕਰਦੂ ਉਹਦੇ ਤੇ ਆਪਣੇ ਨਹੀਂ ਵਾਸਾ ਲੀ ਕਾ ਹਾ ਮੇ ਕਰੋ ਦੇ ਨਗਰ ਬਾਹ ਪਰ ਮੇਲ ਨਹੀਂ ਕਹਿਣਾ ਮੇਲ ਹੁਕਮਨਾਨ ਹੋ ਜੂ ਆਪ ਪਰ ਸਿੱਖਣੀ ਅਸੀਂ ਮੇਲੇ ਸਾਧੂ ਖੰਡਲ ਖੰਡਾ ਹੈ ਇਹ ਸਾਧੂ ਕਿੱਥੇ ਮਿਲੇਗਾ ਹਲੀ ਏਕਾ ਨਹੀਂ ਆਇਆ ਅੱਗੇ ਅਗਲੀ ਲਾਈਨ ਕਿੱਥੇ ਪੜਨੀ ਹੈ ਗਾਂ ਜਵਾਬ ਹੈ ਪੀ ਸਾਧੂ ਕਿੱਥੇ ਆਏਗਾ ਕਹਿੰਦੇ ਤੇਰੇ ਭਾਈ ਥੋੜੀ ਜਿਹਾ ਪੂਰਵਲੇ ਕਰਮ ਦੇ ਲੇਖ ਹੋਣੇ ਚਾਹੀਦੇ ਆ ਪੂਰਬੇ ਲਿਖਤ ਲਿਖੇ ਆ ਗਿਆ ਸਾਧੂ ਅੱਗੇ ਆ ਗਿਆ ਗੁਰ ਪਾਇ ਰਾਰੇ ਨੂੰ ਔਂਕੜ ਕੋਈ ਸੋਚਦਾ ਪਾ ਵਿੱਚੇ ਜਵਾਬ ਹੈ ਕਿੱਥੋਂ ਸਾਧੂ ਮਿਲੇਗਾ ਜਦੋਂ ਮਿਲੇ ਪੂਰਤ ਮਿਲੇ ਕਰਮ ਹੋਣ ਔਰ ਫਿਰ ਮੈਨੂੰ ਇਹ ਗੁਰ ਸਾਧੂ ਮਿਲੇਗਾ ਇਹੋ ਹੀ ਸਾਡੇ ਲਈ ਈਸ਼ਰ ਹੈ ਇਹੋ ਹੀ ਸਾਡੇ ਲਈ ਗੋਰਖਾ ਹੈ ਇਹੋ ਸਾਡੇ ਲਈ ਬ੍ਰਹਮਾ ਹੈ ਜਿਹਨੂੰ ਹਿੰਦੂ ਆਪਣਾ ਪਿਤਾ ਮੰਨਦੇ ਆ ਐਸ ਗੁਰ ਦੇ ਰਾਰੇ ਨੂੰ ਔਂਕੜ ਆ ਰੋ ਜੱਪ ਚ ਪਾਰ ਕਾੜ ਲਿਓ ਗੁਰ ਇਸ ਸਾਡੇ ਲਈ ਗੋਰ ਹੈ ਸਭ ਕੁਝ ਕਿਉਂਕਿ ਵੱਡੇ ਵੱਡੇ ਤਿੰਨ ਦੇਵਤੇ ਐਸੇ ਦੁਨੀਆ ਇਹਨਾਂ ਚ ਹੀ ਫਸੀ ਪਈ ਹੈ ਗੁਰ ਇਸਰ ਗੁਰ ਗੋਰ ਬਾਰਮਾ ਗੁਰ ਬਾਕੀ ਪਾਰਵਤੀ ਮਾਈ ਮਾਇਆ ਵਿਆਪਰੀ ਹੈ ਐ ਤਿੰਨੇ ਕੰਮ ਅਸੀਂ ਇਹਨਾਂ ਨੂੰ ਨਹੀਂ ਮੰਨਣ ਵਾਲਾ ਗਿਆਨ ਸਾਡਾ ਗੁਰ ਹੈ ਉਹ ਜਦੋਂ ਅੰਦਰ ਆ ਜਾਂਦਾ ਹੈ ਔਰ ਜਿਹੜਾ ਮਾਨ ਹੈ ਫਿਰ ਲੇਵ ਦੀਆਂ ਅਵਸਥਾਵਾਂ ਚੜ੍ਹਨੀਆਂ ਸ਼ੁਰੂ ਪਟਾਨੀਆਂ ਦਾ ਮਨ ਦੇ ਅੰਦਰ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਉਹ ਕਿਦਾਂ ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁਖ ਹੈ ਉਹ ਕੈਸੀ ਵਸਤਾ ਆ ਜਾਂਦੀ ਹੈ ਮਨ ਦਸਵੇਂ ਦਵਾਰ ਤੱਕ ਜਦੋਂ ਜਾਂਦਾ ਹੈ ਪਹੁੰਚਦਾ ਉੱਥੇ ਔਰ ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਫਿਰ ਊਂਗ ਹੀ ਆਉਂਦੀ ਭਗਤੀ ਚ ਜਿਵੇਂ ਲੱਗੀ ਹੁੰਦੀ ਆ ਨਾਲ ਭੁਖੀ ਲੱਗਦੀ ਆ ਤੋ ਇਸ ਕਰਕੇ ਉਹ ਜਿਹੜਾ ਮੰਡਲ ਮੰਡਾ ਹੈ ਖਰੇ ਕਿੰਨੇ ਮੰਡਲ ਚੜਨੇ ਪੈਂਦੇ ਅੰਦਰ ਤੋ ਉਹ ਉਦੜੀ ਲਿਖਿਆ ਪੀ ਪੂਰਬੇ ਲਿਖਤੇ ਲਿਖੇ ਗੁਰਪਾ ਔਰ ਕਿਥੇ ਮਿਲਣਾ ਹੈ ਇਹ ਮਨ ਅੰਦਰ ਮਿਲਣਾ ਬਾਹਰ ਨਹੀਂ ਆ ਕਿ ਸਤਿ ਪਤਾਲ ਜਾਂ ਚੜਦਾ ਬਾਹਰ ਤੇ ਜਾਣੀ ਨਹੀਂ ਮਿਲਦੀ ਕਿਉਂਕਿ ਮਾਨੇ ਹਾਰ ਲੇਵ ਮੰਡਲ ਮੰਡਾ ਹੈ ਗੁਰੂ ਮਾਰੀ ਦੀ ਕਾਫੀ ਬੜੀ ਅਜੀਬ ਹੈ ਕਿ ਇਹ ਮੰਡਲ ਮੰਡਾ ਹੈ ਬਲੋਕੀਆਂ ਦਾ ਚਲੋ ਕਿ ਗੁਰੂ ਰਾਮਦਾਸ ਸਾਹਿਬ ਐਸੀ ਇੰਨੀ ਖੁੱਲੀ ਕਵਤਾ ਲਿਖ ਰਿਹਾ ਪਿਛਲੇ ਕਾਫੀਆਂ ਦੀ ਕੋਈ ਪਰਵਾਹ ਨਹੀਂ ਕਰਦੇ ਪਰ ਇਹ ਦੁਆਗਵਾਜ਼ਨ ਤੋਂ ਠੀਕ ਹੈ ਰੱਖਦੇ ਗੀਤ ਦਾ ਔਰ ਇਹ ਮੰਡਲ ਮੰਡਾ ਹੈ ਨਾ ਇਹਨਾਂ ਦੇ ਅਜੀਬ ਜੀਵ ਕਾਫੀ ਹੈ ਬਹੁਤ ਉਹ ਇਸ ਕਰਕੇ ਇਸ ਤਰ੍ਹਾਂ ਪੜਨਾ ਪੂਰਬੇ ਲਿਖ ਤ ਲਿਖੇ ਗੁਰਪਾ ਮਨਹਾਰ ਲੇਵ ਮੰਨਲ ਮੰਡਾ ਹੈ ਕਿੱਥੇ ਜਾ ਕੇ ਲੇਵ ਦੀ ਅਵਸਥਾ ਆਵੇ ਅੰਦਰ ਮਨ ਛੁੜ ਚੰਨਾ ਹੋਵੇ ਫੇਰ ਇਹ ਸਾਧੂ ਹੋਂਦਾ ਔਰ ਫੇਰ ਜ਼ਿਆਦਾ ਹੁੰਦਾ ਜਾਂਦਾ ਫੇਰ ਜਾ ਕੇ ਕਾਮ ਕ੍ਰੋਧ ਮਰਦੇ ਆਓ ਸ਼ਬਦ ਸ਼ੁਰੂ ਤੋਂ ਲਈਏ ਆਮੇ ਕਰੋ ਦਿਨ ਗਰ ਬਹੁ ਭਰੀ ਆਈ ਤੇ ਕਿਹਦੇ ਪਰਵਾਹੀ ਨਹੀਂ ਨਾ ਪੰਜਾਂ ਦੀ ਪਾਠ ਕਰਨ ਵਾਲਾ ਕੀ ਸਮਝੇਗਾ ਰੋਜ਼ ਦੇ ਲਈ ਜੇ ਨਾ ਪਾਠ ਕੀਤਾ ਗਿਲਟੀ ਫੀਲ ਕਰਦੇ ਅਸੀਂ ਮਾੜੀ ਚੀਜ਼ ਨਹੀਂ ਹੈ ਲੇਕਿਨ ਕੋਈ ਸਮਝਾਉਂ ਰਹਾ ਹੈ ਨਹੀਂ ਵੀ ਪਾਠ ਤੁਸੀਂ ਪਾਠ ਕਰਨਾ ਨਾ ਆਸਾਨ ਹੈ ਔਰ ਇੱਕ ਧੋਖ ਵੀ ਨਹੀਂ ਮਿਲਦੀ ਵੀ ਗਾਂ ਪਾਠ ਜਾਣਗੇ ਬਾ ਗਾਂ ਨਾਮ ਜਾਂਦਾ ਹੈ ਕੋਈ ਚੀਜ਼ ਵੀ ਹੋਰ ਕਰ ਲਓ ਦੁਨੀਆ ਦੀ ਕੋਈ ਨਹੀਂ ਗਾਂ ਨਾਲ ਜਾਂਦੀ ਸਾਥ ਨੇ ਚੱਲੇ ਲੱਖ ਕਰੋੜੇ ਪ੍ਰਭ ਜੀ ਕੋ ਨਾਮ ਅੰਤਪ ਕਰੋਰੇ ਇਸ ਕਰਕੇ ਜਿਹੜੀ ਚੀਜ਼ ਜਾਣ ਵਾਲੀ ਹੈ ਉਹ ਗਾਂ ਜਾਂਦੀ ਹੈ ਲੇਕਿਨ ਇਹ ਵੀ ਜਿਹੜਾ ਪਾਠ ਹੈ ਪਾਠ ਅਸੀਂ ਨਾਮ ਜਪਣ ਲਈ ਕਰਨਾ ਹੈ ਸਾਨੂੰ ਸਿੱਧਾ ਮਿਲਣੀ ਹੈ ਇਹਦੇ 'ਚ ਇਸ ਕਰਕੇ ਅਗਲੀ ਲਾਈਨ ਆਈ ਪੀ ਇੱਕ ਸਾਧੂ ਮੈਨੂੰ ਕਿੱਥੇ ਮਿਲੇਗਾ ਪੂਰਬੇ ਲਿਖ ਲਿਖੇ ਗੁਰਪਾ ਮਨੇ ਹਾਰ ਲੇਵ ਮੰਡਲ ਮੰਡਾ ਹੈ ਹੁਣ ਰਹਾਉ ਆਇਆ ਇਸੇ ਬੀਬੀ ਨੂੰ ਕਹਿੰਦੀ ਐ ਨਾ ਭਾਈ ਤੋ ਖਸਮ ਕਰ ਲੈ ਐਦਾਂ ਸ਼ਬਦ ਕਹਿੰਦਾ ਸਿੱਖਾ ਕੋਈ ਸਾਧੂ ਕਰ ਲੈ ਅਰ ਕਿਹੜਾ ਸਾਧੂ ਜਿਹੜੀ ਉੱਤੇ ਡੈਫੀਨੇਸ਼ਨ ਹੈ ਕਾਰ ਸਾਧੂ ਬਗਾਰ ਸਾਧੂ ਤੂੰ ਨਾ ਰਾਇਸ ਜਿਹੜਾ ਅੰਦਰਲਾ ਸਾਧੂ ਹੋਇਆ ਕਾਰ ਸਾਧੂ ਅਰੇ ਸਾਧੂ ਇਹ ਹੋਈ ਸਭ ਤੋਂ ਵੱਡਾ ਪੁੰਨ ਹੈ ਪੁੰਨ ਦੇ ਨੰਨੇ ਨੂੰ ਔਂਕੜ ਹੈ ਜਿਥੇ ਔਂਕੜ ਆਇਆ ਦੇ দান ਨੂੰ ਪੁੰਨ ਨੂੰ ਕੀਰਤਨ ਨੂੰ ਸਾਰੀਆਂ ਇਹਨਾਂ ਨੂੰ ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ ਇਸ ਕਰਕੇ ਸਭ ਤੋਂ ਵੱਡਾ ਪੁੰਨ ਹੈ ਜਾਹ ਹੋ ਜੇ ਸਾਧੂ ਨੂੰ ਅੰਦਰ ਖੜਾ ਕਰਕੇ ਔਰ ਸਭ ਤੋਂ ਵੱਡੀ ਡੰਡਾ ਹਉ ਤਾ ਜਿਹੜਾ ਅਸੀਂ ਸਾਧੂਆਂ ਦੇ ਪੈਰ ਫੜਦੇ ਫਿਰਦੇ ਆ ਤੋ ਕਰੇ ਸਾਧੂ ਇਹੋ ਹੀ ਅੰਜਲੀ ਛੱਡਦਾ ਸੀ ਬ੍ਰਾਹਮਣ ਫਿਰ ਕੋਈ ਦਾਨ ਕਰਨਾ ਹੋਵੇ ਅਛਾ ਬੀਬੀ ਤੂੰ ਗਾਂ ਦਾਨ ਕਰਨੀ ਆ ਪਹਿਲੇ ਤੇ ਆ ਕੇ ਇਸ਼ਨਾਨ ਫਿਰ ਉਹ ਗਾਂ ਦਾਨ ਫਿਰ ਉਹ ਚੂਰੀਆਂ ਛੱਡਦਾ ਸੀ ਲਾ ਆ ਮੈਂ ਇੱਕ ਚੂਰੀ ਛੱਡ ਦਿੱਤੀ ਵੀ ਦਰਗਾ ਪਰਵਾਣ ਹੋ ਗਿਆ ਤੇਰਾ ਪੁੱਣ ਜੋਦਾਨ ਕੀਤਾ ਫਿਰ ਹੋਰ ਚੂਰੀ ਬਾੜੇ ਕਹਿੰਦੇ ਇਹੋ ਹੀ ਅੰਜਲੀ ਆ ਸਾਡੀ ਜਿਹੜਾ ਅੰਦਰਲਾ ਸਾਧੂ ਖੜਾ ਕਰਨਾ ਔਰ ਇਹੋ ਹੀ ਡੰਡਾ ਹਉ ਤਾ ਸਾਧੂ ਮੈਨੂੰ ਮੱਥਾ ਟੇਕਣਾ ਔਰ ਸਾਰਾ ਇਹ ਸਾਧੂ ਨੂੰ ਅਸੀਂ ਮੱਥਾ ਟੇਕਦੇ ਆਂ ਔਰ ਇਹੋ ਹੀ ਪੌਣ ਸਭ ਤੋਂ ਵੱਡਾ ਕਹਰੇ ਸਾਧੂ ਅੰਜਲੀ ਪੌਣ ਵੱਡਾ ਹੈ ਕਹਰੇ ਡੰਡਤ ਪੌਣ ਵੱਡਾ ਹੈ ਕਿਉਂ ਕਿਉਂ ਇਹ ਗਿਆਨ ਰੈਵਿਊਲੂਸ਼ਨਰੀ ਆਇਆ ਹੰਨਾ ਜੋਗਾ ਜੋਗਾ ਤੋਂ ਇਹ ਪੁੰਨ ਦਾਨ ਦਾ ਚੈਪਟਰ ਚੱਲੇ ਆ ਰਿਹਾ ਸੀ ਬਾਬੇ ਨਾਨਕ ਨੂੰ ਸਿੱਧ ਪੁੱਛਦੇ ਭਾਲੀਏ ਜੱਗ ਕਿਤਾ ਬਣਦਾ ਕਹਿੰਦੇ ਪੁੰਨ ਦਾਨ ਕਰਨ ਵਾਲੇ ਬਣਾਉਂਦੇ ਐ ਪਾਪ ਪੁੰਨ ਕਰਨ ਵਾਲੇ ਬਣਾਉਂਦੇ ਐ ਜੇ ਇਹ ਨਾ ਹੋਣ ਤੇ ਜੱਗ ਖਤਮ ਕਿਉਂਕਿ ਜਿਹੜਾ ਪੁੰਨ ਕਰਦੇ ਆ ਉਹਦਾ ਫਲ ਵੜਨ ਨਾਲ ਹੀ ਮੁੜ ਕੇ ਆਉਂਦੇ ਜਿਹੜਾ ਪਾਪ ਕਰਦੇ ਆ ਉਹਦਾ ਫਲ ਵੜਨ ਇਹ ਸਾਰਾ ਜੱਗ ਇਹਨਾਂ ਦੀ ਕਿਰਪਾ ਨਾਲ ਬਣਦਾ ਪੁੰਨਦਾਨ ਜਪਤਾ ਪਜੇਤੇ ਸਭ ਧਰਮ ਰਾਹ ਕੇ ਜਾਏ ਹੈ ਸਭ ਧਰਮਨਾਵ ਦੇ ਪੇਸ਼ੀ ਹੁੰਦੀ ਹੈ ਪਰ ਰੱਬ ਦੇ ਹਜ਼ੂਰ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਦੇ ਪੈਸ ਇਸ ਕਰਕੇ ਪੁੰਨਦਾਨ ਜੋ ਬੀਜ ਤੇ ਸਭ ਧਰਮ ਰਾਹ ਕੇ ਜਾਏ ਹੈ ਜਿੰਨਾ ਮਰਜੀ ਦਾਨ ਕਰ ਲੋ ਅਸੀਂ ਇਹ ਕਹਿ ਨਹੀਂ ਵੀ ਅਸੀਂ ਗਮਰੋੜ ਹੋ ਜਾਣਾ ਸੀ ਕਿ ਦਇਆ ਤਾਂ ਸਾਡਾ ਪਹਿਲਾ ਧਰਮ ਹੈ ਆਰੇ ਨੀ ਕੈ ਕਿਚਿ ਪਉਨਦਾਨ ਕਰੇ ਇਹ ਵੀ ਕਾਰਨ ਕਰਨਾ ਪਰ ਸਭ ਤੋਂ ਵੱਡਾ ਸਾਧਾ ਪਉਨਦਾਨ ਕੀ ਹੈ ਆ ਸਾਧੂ ਅੰਦਰ ਖੜਾ ਕਰਨਾ ਕਾਂ ਮੇ ਕਰੋ ਦੇ ਨਗਰ ਬਾਹ ਪਾਲੀਆ ਮੀਲੇ ਸਾਧੂ ਖੰਡਲ ਖੰਡਾ ਹੈ ਗੁਰ 베 ਲਿਖ ਲਿਖੇ ਗੁਰ ਪਾ ਇਹ ਗੁਰੂ ਨਾਨਕ ਨੀ ਹੈ ਰਾਰੇ ਨੂੰ ਔਂਖੜੇ ਦੇਖੋ ਸ਼ਬਦ ਆਉਂਦਾ ਪਹਿਲਾ ਹੀ ਸ੍ਰੀ ਰਾਗ ਦਾ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਮੋਤੀ ਤੇ ਮੰਦਰ ਉਸਰੇ ਰਤਨੀ ਤ ਹੋਈ ਜੜਾਓ ਜੀ ਉਹ ਪਹਿਲੇ ਸ਼ਬਦ ਸੀ ਬਾਬਾ ਨਾਨਕ ਕਹਿੰਦਾ ਮਾ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਔਰ ਉਥੇ ਗੁਰਦੇ ਰਾਰੇ ਨੂੰ ਔਂਕੜ ਗੁਰਦੇ ਨਹੀਂ ਹੈ ਮਾ ਪਰਾਂ ਘਰ ਪੁੱਛ ਦੇਖੇ ਆਵਰ ਨਹੀਂ ਥਾਉ ਜੇ ਘਰ ਇਹੋ ਹੀ ਹੈ ਭਾਇ ਮਨੂਰ ਕੰਚਨ ਫਿਰ ਹੋਵੇ ਜੇ ਘਰ ਮਿਲੇ ਤਨੇਹਾ ਤਨ ਦੇ ਅੰਦਰ ਏਕ ਨਾਮ ਅਮਰਤੋ ਦੇਵੇ ਤਉ ਨਾਨਕ ਤ੍ਰਿਸ਼ਟ ਸੇ ਦੇਹਾ ਅਬਾ ਨਾਨਕ ਕਹਿੰਦਾ ਸੜ ਗਿਆ ਪੰਜਾਂ ਗਾਣਾ ਸਭ ਮਨੂਰ ਹੋ ਗਿਆ ਤੂੰ ਇੰਨੇ ਪਾਪ ਕੀਤੇ ਆ ਸਾਡਾ ਸ਼ਬਦ ਕਦੀ ਪੈਸੀ ਮਿਸਟੈਕ ਵੀ ਨਹੀਂ ਦਏਗਾ ਆਪਟੀਮਿਸਟ ਵੀ ਛੱਡ ਦਿਆਂ ਕਲਾਂ ਦਾ ਸ਼ਬਦ ਲਜਾਏਗਾ ਭਾਂ ਕਿ ਨਾ ਵੀ ਪਾਪ ਹੈ ਤੇਰਾ ਮਨ ਮਨੂਰ ਹੋ ਗਿਆ ਸਭ ਤੂੰ ਫਿਰ ਸੋਨਾ ਹੋ ਸਕਦਾ ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਆ ਜਿਹੜਾ ਗੁਰ ਹੈ ਇਹੋ ਹੀ ਇੱਥੇ ਪਾਉਣਾ ਸੀ ਪੂਰਵੇ ਲਿਖਤ ਲਿਖੇ ਗੁਰ ਪਾਇਆ ਸਾਡੇ ਚ ਬੜੇ ਹਮਲੇ ਹੋ ਰਿਹਾ ਹੈ ਨਾਲ ਦੇ ਨਾਮ ਜਪਣ ਵਾਲੇ ਨਾਮ ਤਾਰੀਏ ਵੀ ਇਹ ਵੈਨਾ ਹਾਲਾ ਜੀਵਨ ਉਹਨਾਂ ਦਾ ਸਾਰਾ ਕੁਝ ਉਹ ਕਹਿੰਦੇ ਜੀ ਗੁਰੂ ਨਾਨਕ ਨਾਮ ਵੀ ਤੇ ਕਿਸੇ ਦੇਹ ਕੋਲ ਨਹੀਂ ਦੀਖਿਆ ਲਈ ਹੋਣੀ ਐ ਗੁਰੂ ਨਾਨਕ ਤੂੰ ਗੁਰੂ ਨਾਨਕ ਨਾਮ ਵੀ ਤੇ ਪਹਿਲਾਂ ਕਿਸੇ ਬੰਦੇ ਕੋਲੋਂ ਗੁਰਮੰਤਰ ਲਿਆ ਹੋਣਾ ਅਸੀਂ ਕਿਹਾ ਵੀ ਗੁਰੂ ਨਾਨਕ ਤੂੰ ਪਹਿਲਾਂ ਤੇ ਪਰਨਾਲੀ ਨਹੀਂ ਗੁਰੂ ਚੱਲਦੀ ਪਹਿਲਾਂ ਸਾਡੇ ਗਾਉਂ ਵਾਲਿਆ ਹੀ ਇੰਦਰੀ ਜੂਨੇ ਫਿਰ ਉਹਨ ਨੂੰ ਕਿੰ ਗੁਰੂ ਮੰਤਰ ਦਿੱਤਾ ਮੈਂ ਕਿ ਅਖਰ ਨਾਨਕ ਖਾਇਓ ਆਪੇ ਲਹੇ ਪ੍ਰਾਂਤ ਹੋਵੇ ਜਿਸ ਦਾਤੇ ਬਾਣੀ ਪੜੋ ਬਾਬੇ ਨਾਨਕ ਦੀ ਮੈਨੂੰ ਇਹ ਅਖਰ ਆਪ ਆਏ ਉਹਨਾਂ ਦੇ ਅਖਰ ਨਾਨਕ ਖਾਇਓ ਆਪੇ ਅੰਦਰ ਹੀ ਸਾਰੀ ਮੇਰੀ ਦੁਬ ਦਾ ਪ੍ਰਾਰਥਨਾ ਚਲ ਗਈ ਅਖਰ ਨਾਨਕ ਖਾਇਓ ਆਪੇ ਲਹੇ ਪ੍ਰਾਂਤ ਹੋਵੇ ਜਿਸ ਦਾਤੇ ਐਸ ਅਖਰ ਦੀ ਦਾਤ ਹੋ ਜੇ ਜੇ ਤੇ ਗੁਰਮੰਤਰ ਦੀ ਕਹਿੰਨਾ ਮੈਂ ਉਹਨਾਂ ਨੇ ਕਿਹਾ ਵੀ ਮੇਰਾ ਗੌਰ ਹੀ ਸਭ ਕੁਝ ਹੈ ਇਹੋ ਮੈਨੂੰ ਪਹਿਲਾਂ ਆਇਆ ਆਪਣੇ ਸ਼ਬਦ ਚ ਆਪ ਕਲਮ ਨਾਲ ਲਿਖਦੇ ਜ਼ੁਬਾਨੀ ਚੀਜ਼ਾਂ ਯਾਦ ਕਰ ਲਈਆਂ ਕਈਆਂ ਦਾ ਪਲਾ ਕਰ ਲਓਗੇ। ਜੇ ਅਗਲੇ ਨਾਲ ਸਵਾਲ ਪੁੱਛਣੇ ਫਸ ਜਾਓਗੇ। ਗੁਰ ਜਿਹੜਿਆ ਹੈ ਗੁਰੂ巴巴 ਨਾਨਕ ਕਹਿੰਦਾ ਇਤ ਮੇਰੇ ਅੰਦਰ ਤਤ ਵਸਤੂ ਆ ਗਈ ਦੁਨੀਆ ਦੀ ਤਤ। ਔਰ ਇਹ ਮਾਇਆ ਤੁਰਹਿਤ ਹੈ ਨਿਰੰજન ਹੈ। ਤਤ ਨਿਰੰજન ਔਰ ਜੋਤ ਸਰੂਪੀ ਹੈ। ਆ ਕਿ ਮੇਰੇ ਅੰਦਰ ਚੀਜ਼ ਆ ਗਈ। ਤਤ ਨਿਰੰજન ਜੋਤਿ ਸਬਾਈ ਔਰ ਇਹ ਹੋਈ ਸੋਹੰਗਾ ਐਡਾ ਵੱਡਾ ਪਾ ਮੰਤਰ ਜਿਹੜਾ ਤਾਤ ਨਰੰជន ਜੋਤੇ ਸਬਾਈ ਸੋਹੰਗ ਭੇਦ ਨਾ ਕੋਈ ਜੀ ਉਹ ਕੌਣਾ ਅਪਰੰਪਰ ਪਾਰਬ੍ਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸਭੀ ਜੀ ਉੱਥੇ ਵੀ ਗੁਰਾ ਬਾਬੇ ਨਾਨਕ ਦੀ ਸ਼ਬਦ ਇਹ ਜਿਹੜਾ ਗੁਰ ਹੈ ਥਾਂ ਥਾਂ ਮਿਲੇਗਾ ਜੇ ਤੁਸੀਂ ਥੋੜੀ ਜੀ ਵਿਵੇਕ ਬੁੱਧੀ ਔਰ ਥੋੜਾ ਜਿਹਾ ਸ਼ਬਦ ਨੂੰ ਵਿਚਾਰ ਨੂੰ ਗੁਰੂ ਬਣਾਓ ਭੀ ਜਿੰਜੇ ਕਰ ਸ਼ਬਦ ਨੂੰ ਵਿਚਾਰਾਂਗੇ ਨਾ ਸਾਡਾ ਗੁਰ ਪ੍ਰਗਟ ਨਹੀਂ ਹੋਣਾ ਉਹ ਗੁਰ ਉੱਥੇ ਵੀ ਹੈ ਤਤ ਨਰੰਜਨ ਜੋਤੇ ਸਬਾਈ ਸੋੰਗ ਭੇਜ ਨਾ ਕੋਈ ਜੀ ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸਿੱਧਾ ਇਤੇ ਅਸੀਂ ਰੋਜ਼ ਪੜ੍ਹਦੇ ਆਂ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸਬਦੇ ਦੇ ਵਿੱਚ ਤੋ ਇਸ ਕਰਕੇ ਆ ਜਿਹੜਾ ਗੁਰ ਹੈ ਇਹ ਵੀ ਇੱਥੇ ਗੁਰੂ ਨਾਨਕ ਦਾ ਸਾਹਿਬ ਕਹਿੰਦੇ ਆ ਜਦੋਂ ਕਾਮ ਕਰੋ ਦਾ ਮੇਰਾ ਨਗਰ ਭਰਿਆ ਪਿਆ ਸੀ ਮੈਨੂੰ ਆ ਸਾਧੂ ਮਿਲਿਆ ਉਹਦੇ ਟੋਟੇ ਟੋਟੇ ਹੋ ਗਏ ਕਿੱਥੇ ਮਿਲਿਆ ਅੰਦਰ ਮਨਚ ਮਿਲਿਆ ਔਰ ਲੇਵਦੀ ਅਵਸਥਾ ਚ ਜਾ ਕੇ ਮਿਲਿਆ ਕਾਮੇ ਕਰੋ ਦੇ ਨਗਰ ਬਾਹ ਪਹਰੇ ਆ ਮਿਲੇ ਸਾਧੂ ਖੰਡਲ ਖੰਡਾ ਏ ਏ ਗੀਤ ਬਣਾਉਣ ਲਈ ਇੱਕ ਲਫ਼ਜ਼ 2 ਢਾਈ ਅੱਖਰ ਸਾਰੇ ਬਾਣੀ ਦੇ ਵਿੱਚ 2 ਢਾਈ ਇਹ ਪਿੰਗਲ ਦੀ ਚਾਲ ਹੈ ਸਾਡੀ ਪੁਰਾਣੀ ਰਿਸ਼ੀਆ ਮਹਨੀਆਂ ਦੀ ਜਿਹੜੀ ਪੋਇਟਰੀ ਹੈ ਉਹਨੂੰ ਪਿੰਗਲ ਕਹਿਆ ਤਾਂ ਪਿੰਗਲ ਦੀ ਚਾਲ ਹੈ ਪਿਛ 2 ਢਾਈ ਅੱਖਰ ਐਸੇ ਲੱਗੇ ਹੋਣਗੇ ਇਦਾਂ RAM RAJ ਆ ਸਾਰਾ ਇਦਾਂ ਦੇ ਤੇ ਉਹ ਉਹਦਾ ਮਤਲਬ ਨਹੀਂ ਹੁੰਦਾ ਉਹ ਗੀਤ ਬਣਾਉਣ ਲਈ ਹੁੰਦੇ ਆ ਇਸ ਕਰਕੇ ਹੇ ਲੰਮਾ ਕਰਨਾ ਹੈ ਕਾਮੇ ਕਰੋ ਦੇਨਗਰ ਬਾਹ ਭਰੀਆ ਮੇਲੇ ਸਾਦੂ ਖੰਡਲ ਖੰਡਾ ਹੈ ਪੂਰਬੇ ਲਿਖ ਲਿਖ ਗੁਰ ਪਾਇਆ ਮਨਹਾਰ ਲੇਵ ਮੰਡਲ ਮੰਡਾ ਹੈ ਅਗਲੀ ਲਾਈਨ ਨੇ ਕਲੀਅਰ ਕਰਤਾ ਭਾਈ ਐਦਾਂ ਖੜਾ ਕਰ ਲਾ ਆਇਆ ਰਹਾ ਪਿਆ ਆ ਤੇਰਾ ਸਾਧੂ ਤੋ ਅੰਤਰਮੁਖੀ ਹੋ ਕੇ ਤੇਰੀ ਅੰਤਰੀ ਗਾਤੀ ਧਿਆਨ ਰਹਿਣਾ ਫਿਰ ਕਾਰੇ ਸਾਧੂ ਅਨਯੁਲੀ ਪੁੰਨ ਅਡਾ ਹੈ ਕਾਰੇ ਡੰਡਾ ਡੰਡਾ ਕੀ ਹੈ ਬੰਦਾ ਐਨਾ ਹੰਬਰ ਹੋ ਕੇ ਗਰੀਬ ਵਿਚ ਵੀ ਨਾਮ ਜਪਦਾ ਅੰਦਰ ਜੋ ਦੀ ਕਲਾ ਵਰਤੀ ਹੈ ਮਹਾਰਾਜ ਮੈਂ ਤੇ ਕੁਛ ਨਹੀਂ ਪਾਣੀ ਲਿਖੀ ਗੁਰੂ ਰਾਮਦਾਸ ਆ ਕਿਆ ਹਮ ਕਿਰਮ ਨਾਨਨਿਕ ਕੀੜੇ ਪਉ ਵੱਡ ਪੁਰਖ ਵਡਾਗੀ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਇੱਕ ਮੋਟਾ ਕੀੜਾ ਹੁੰਦਾ ਜਿਹੜਾ ਅੱਖਾਂ ਨੇ ਦੇਖ ਜਾਂਦਾ ਇੱਕ ਕੀੜੇ ਪਾਣੀ ਚ ਜਿਹਨੂੰ ਕਿਰਮ ਕਹਿੰਦੇ ਹੈ ਜਿਹੜੇ ਖੁਰਦਬੀਨ ਜਾਂ ਟੈਲੀਸਕੋਪ ਨਾਲ ਦੇਖੇ ਜਾਂਦੇ ਹੈ ਕਹਿੰਦਾ ਮੈਂ ਤੇ ਉਹ ਹੈ ਕਿਆ ਹਮ ਕਿਰਮ ਨਾਨਕ ਦਾ ਮਤਲਬ ਹੀ ਜਿਹੜੀ ਨਾਨਕ ਜੋਤ ਆ ਨਾਨਕ ਦਾ ਮਤਲਬ ਵੀ ਡਿਕਸ਼ਨਰੀ ਮੀਨਿੰਗ ਆ ਨੰਨਾ ਜੀ ਛੋਟਾ ਜੀ ਤੋਂ ਜਿਹੜਾ ਤਿਆ ਹਮ ਕਰਮ ਨਾਨ ਨੇ ਕੀਰੇ ਤੋਂ ਵੱਡ ਪੁਰਖ ਵਡਾਗੀ ਜੈਸੀ ਮਤ ਦੇਵ ਹਰ ਸਵਾਮੀ ਹਮ ਤੈਸੀ ਬੁਲਗਬੁਲਾਗੀ ਉਥੇ ਆਨ ਕੇ ਬੰਦੇ ਬੰਦੇ ਦੇ ਖੰਭ ਟੁੱਟਦੇ ਫਿਰ ਉਹ ਕਹਿੰਦੇ ਯਾਰ ਹਾ ਹਾ ਮੈਂ ਤੇ ਕੁਛ ਮੈਂ ਨਹੀਂ ਹੈ ਫਿਰ ਉਹ ਅੰਦਰ ਹੀ ਡੰਡਾਤ ਮਤਲਬ ਹੰਬਲ ਹੋ ਕੇ ਨਾਮ ਜਪਦਾ ਹੋਰ ਗਰੀਬ ਹੋ ਕੇ ਇਹ ਆਲਪਰਖ ਤੋਂ ਬਿਆਨਤਾ ਮੈਂ ਤੇ ਉਹ ਫਿਰ ਆ ਜਾਂਦੀ ਹੈ ਘਾਰੇ ਸਾਧੂ ਅੰਜਲੀ ਪੋਨ ਵੱਡਾ ਹੈ ਇਹ ਕਾਰੇ ਡੰਡਾਤ ਪੋਨ ਵੱਡਾ ਹੈ ਰਹਾਉ ਅੱਗੇ ਲਫ਼ਜ਼ ਆ ਰਿਹਾ ਸਖਤ ਦਾ ਸਾਕ ਤੇ ਇੱਕ ਐਸਾ ਲਫ਼ਜ਼ ਆਇਆ ਐਸਾ ਇਹ ਕੋਈ ਬੰਦਾ ਨਹੀਂ ਐ ਇਹ ਕੋ ਟੋਲਾ ਐਸਾ ਸ਼ੁਰੂ ਤੋਂ ਆ ਰਿਹਾ ਸਾਕ ਜਿਹੜਾ ਰੱਬ ਦੀ ਹਸਤੀ ਨੂੰ ਨਹੀਂ ਮੰਨਦਾ ਹੋ ਰਾਮ ਮੈਂ ਕਹਣਾ ਤੂੰ ਜਣਾ ਪੈਣਾ ਬੀਬੀਆਂ ਪੈਣਾ ਬੈਠੀਆਂ ਸਾਰੀਆਂ ਲੇਕਿਨ ਅੱਜ ਕੱਲ੍ਹ ਇਹ ਸਾਰੀ ਚੀਜ਼ ਓਪਨ ਐ ਉਹ ਸਾਰੇ ਸੁਆਜ ਸਾਰਾ ਮੰਨਦਾ ਜਿਹਨੂੰ ਮੰਨਦਾ ਅੱਜ ਤੋਂ ਪਿਸ਼ਾਬ ਨਿਕਲਦਾ ਚਾਹੇ ਬੀਬੀ ਦਾ ਸਾਰਾ ਉਸ ਜੋਨੀ ਨੂੰ ਹੁੰਦਾ ਰੱਬ ਨੂੰ ਨਹੀਂ ਮੰਨਦਾ ਇਹਦੇ ਵਿੱਚ ਹੀ ਨੇ ਕਈ ਸ਼ਾਸਤਰ ਐ ਤੇ ਕਈ ਪਿਛਲੀਆਂ ਸਾਡੀਆਂ ਸਾਰੀ ਫਲਸਫੀਸ ਇਸੇ ਦੇ ਉੱਤੇ ਸਾਰਾ ਕੋ ਜਿੰਨਾ ਹੈ ਇਹ ਸਾਖਤ ਉਹ ਲੋਕ ਐ ਮੰਡਲੀਆਂ ਬੜੀਆਂ ਬੜੀਆਂ ਪਾਰੀਆਂ ਔਰ ਹੁਣ ਵੀ ਐ ਤੋ ਸਾਖਤ ਸੇ ਸ਼ੁਕਰ ਬਹਲਾ ਰਾਖੇ ਅੱਛਾ گاਉ ਸਾਖਰ ਭਗਤ ਸਾਖਤ ਵਪਰਾ ਮਰ ਗਿਆ ਕੋਈ ਨਾ ਲਏ ਨਾਉ ਬਨਾਰਤੀ ਗੁਰੂ ਕਬੀਰ ਸਾਹਿਬ ਗੱਜੇ ਕਹਿੰਦੇ ਸਾਖਤ ਨਾਲੋਂ ਸੂਰ ਚੰਗਾ ਜਿਹੜਾ ਗੂੰ ਖਾ ਕੇ ਸਾਰੇ ਪਿੰਡ ਦਾ ਉਹਨੂੰ ਸਾਫ਼ ਰੱਖਦਾ ਪਿੰਡ ਨੂੰ ਸਾਖਤ ਸੇ ਸੂਕਰ ਭਲਾ ਰੱਖੇ ਅੱਛਾ گاਉ ਤੇ ਬਬ ਸਾਖਤ ਵਪਰਾ ਮਰ ਗਿਆ ਕੋਈ ਨਾ ਲੈ ਨਾ ਉਹ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਣੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਸਾਖਤ ਐਨੀ ਬਾਣੀ ਸਾਖੇ ਦੇ ਉੱਤੇ ਇੱਥੇ ਗੁਰੂ ਰਾਮਦਾਸ ਸਾਹਿਬ ਵੀ ਕਹਿੰਦੇ ਈ ਪਾਈ ਸਾਖਤ ਬਚੀ ਤੋ ਸਾਖਤ ਹਾਰ ਰਾਸ ਸਾਦ ਨਾ ਜਾਣ ਹੋਰ ਸਾਧਾ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁਖ ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੋਖ ਤੋ ਇਹ ਸਾਖਤ ਉਹ ਮੰਡਲੀ ਹੈ ਸਾਖਤ ਹਾਰ ਰਾਸ ਸਾਦ ਨਾ ਜਾਣ ਸਾਦ ਸਵਾਦ ਨਹੀਂ ਜਾਣਿਆ ਸਾ ਉਹਨੂੰ ਹਰ ਰਸ ਦਾ ਸਵਾਦ ਦਾ ਕੀ ਪਤਾ ਸਾ ਕਤ ਹਰ ਰਸ ਸਾਦ ਨਾ ਜਾਣਿਓ ਕਿਉਂ ਉਹਨਾਂ ਚ ਹਉਮੈ ਆ ਪਿਵਾਲੀ ਐਡਾ ਵੱਡਾ ਰੋਗ ਐ ਹਮੇ ਦਾ ਤਿੰਨ ਅੰਤਰੇ ਹਮੇ ਕੰਡਾ ਹੈ ਭਾਈ ਸਾਹਿਬ ਜੀ ਪਿੰਡਾਂ ਸਾਂਚ ਰਹਿਣ ਨਾਲ ਨੇ ਦੇਖਿਆ ਹੁੰਦਾ ਵੀ ਅੱਡੀ ਚ ਕੰਡਾ ਲੱਗ ਜਾਏ ਉੱਥੇ ਅੱਬ ਤੇ ਨਿਕਲਦਾ ਹੀ ਨਹੀਂ ਹੈ ਪਰ ਜਦੋਂ ਤੁਰੋਗੇ ਉਦੋਂ ਛੋਵੇਗਾ ਜਦੋਂ ਜਦੋਂ ਤੁਰੋਗੇ ਇਸ ਕਰਕੇ ਸਾਕੇ ਦੇ ਐਸੇ ਕੰਮ ਐ ਸਾਰੇ ਉਹ ਮਹਾਰਾਜ ਤੁਸੀਂ ਆਪ ਹੀ ਦੇਖ ਸਕਦੇ ਕਿਹੜਾ ਅਸੀਂ ਕੰਮ ਕਰਦੇ ਆ ਜਿਹੜਾ ਬਾਅਦ ਚ ਚੁਪਦਾ ਹੈ ਅੰਤਰ ਹਮੇ ਕੰਡਾ ਹੈ ਉਹ ਜਿਉਂ ਜਿਉਂ ਚਲੇ ਤਵੇਂ ਦੁੱਖ ਪਾਵੇਂ ਜਮਕਾਲ ਸਿੰਘ ਸਰਡੰਡਾ ਇਹਨਾਂ ਨੂੰ ਜਮ ਜ਼ਰੂਰ ਪਾਏਗਾ ਇਹੋ ਜੀ ਪਾਰਟੀ ਨੂੰ ਤੋਂ ਉਹਨਾਂ ਦਾ ਜ਼ਿਕਰ ਆ ਪਹਿਲਾ ਸਾਖਤ ਹਰ ਰਾਸ ਸਾਧਨਾ ਜਾਨ ਦਿਨ ਅੰਤਰੇ ਹੋ ਮੈਂ ਕੰਡਾ ਹੈ ਜਿਉ ਜਿਉ ਚਲੇ ਚੋਬ ਹੈ ਦੁੱਖ ਪਾਵ ਜਮ ਕਾਲ ਸਹਿਂ ਸਰੇ ਡੰਡਾ ਹੈ ਆਈ ਹੁਣ ਮੇਰ ਦੀ ਤਕਰਾਈ ਜਿੱਥੇ ਭਿਆਨਕ ਤੋਂ ਕੌਣ ਗਿਆ ਸ਼ਬਦ ਅੱਗੇ ਮੇਰ ਦੀ ਤਕਰਾਏਗਾ ਹਰ ਜਨ ਕੌਣ ਨੇ ਹਾਰੇ ਹਨ ਹਾਰੇ ਨਾਮ ਮੇਸਮਾ ਨਾਮ ਕਹੋਗੇ ਉਹ ਗੀਤ ਬਣਨਾ ਨਹੀਂ ਹੈ ਮਮੇ ਦੀ ਸਿਆਰੀ ਹੈ ਹਾਰੇ ਗਿਆਨ ਹਾਰੇ ਹਾਰੇ ਨਾਮੇ ਸੁਮਾ ਔਰ ਜਨਮ ਮਰਨ ਤੂ ਕਿਉ ਮੋਖ ਗਏ ਦੁਖ ਜਨਮ ਮਾਰਾ ਭਾਵ ਖੰਡਾਗੇ ਹਾਰੇ ਜਨ ਹਾਰ ਹਾਰ ਰਿਪੀਟ ਕਰ ਕਰਕੇ ਦੋ ਵਾਰੀ ਆ ਗਿਆ ਪਰਮੇਸ਼ਰ ਦਾ ਨਾਮ ਹਾਰੇ ਜਾਨ ਹਾਰੇ ਹਾਰੇ ਨਾਮੇ ਸੁਮਾ ਦੁਖ ਜਾਨਮ ਮਾਰਣ ਭਾਵ ਖੰਡਾਗੇ ਆਹ ਸ਼ਬਦ ਇੱਕ ਵਾਰੀ ਪੜ ਕੇ ਫਿਰ ਅਸੀਂ ਵੀ ਇਹ ਕੰਮ ਕਰ ਲਈਏ ਕਾਮ ਕਰੋ ਗਰ ਬਹੁ ਪਰੇ ਹੈ ਮੇਲੇ ਸਾਧੂ ਖੰਡਲ ਖੰਡਾ ਹੈ ਪੂਰ ਬੇ ਲਿਖ ਤ ਲਿਖੇ ਗੁਰ ਪਾ मने लेव मंडल मंडा हे करे साधु अञ्जोलिपन् वड्डा हे करे दण्ड पुन वड्डा हे ਰਹਾ ਸਾਕਤ ਹਾਰ ਰਾਸ ਸਾਦ ਨਾ ਜਾਣਿਆ ਤਿਨ ਅੰਤਰੇ ਹਮੈ ਕੰਡਾ ਹੈ ਜਿਉ ਜਿਉ ਚਲੇ ਚੋਬੈ ਦੁੱਖ ਪਾਵੈ ਜਮ ਕਾਲ ਸਹਿ ਹੈ ਸਿਰੇ ਡੰਡਾ ਅਹੇ ਹਾਰੇ ਜਨ ਹਾਰ ਹਾਰ ਨਾਮੇ ਸੁਮਾਣੇ ਦੁਖ ਜਨਮ ਮਾਰਨ ਭਾਵ ਖੰਡਾ ਹੈ ਅਗਲਾ ਅਸੀਂ ਇਸੇ ਦੇ ਗਾਂ ਜਿਹੜੇ ਸ਼ਭ ਜੈਲਰੀ ਆ ਪੀ ਤੇ ਸਾਧੂ ਆ ਗਏ ਅੰਦਰ ਸਭ ਕੋਣ ਮੈਂ ਰੱਬ ਪਾਉਣ ਲੱਗਾ ਅਬ ਨਾਸੀ ਪਰ ਖ ਪਾਇਆ ਪਰ ਮੇਸ਼ ਬਹੁਤ ਖਾਂਡ ਬ੍ਰਹ ਮੰਡਾਗੇ ਅਗਰੀ ਵੀ ਆਰੀ ਹਨ ਗੁਰੂ ਰਾਮਦਾਸ ਸਾਹਿਬ ਦੀ ਇਹ ਜਿਨ੍ਹਾਂ ਨੇ ਪਾਇਆ ਪਰ ਮੈਂ ਨਹੀਂ ਪਾਇਆ ਹੱਲੀ ਇਕ ਕੋਨਾ ਬਾਬਤ ਸਾਰਾ ਉਤਲਿਆ ਸ਼ਬਦ ਆਇਆ ਹੁਣ ਗਰੀਬੀ ਆਈ ਕਹਿੰਦੇ ਹਾਮ ਗਰੀਬਸਕੀ ਨੂੰ ਪ੍ਰਭ ਤੇ ਛਾਣੂ ਹੀ ਰੱਖਨੇ ਜੀ ਹਾਮ ਆਵੇ ਗਰੀਬੀ ਉਤਲਿਆਂ ਜਿਹਨਾਂ ਨੇ ਪਾਇਆ ਉਹ علیحدਾ ਕਰ ਦਿੱਤਾ ਅਖੀਰ ਤੇ ਕਹਿੰਦੇ ਹਾਮ ਗਰੀਬਸਕੀ ਇੱਦਾਂ ਜੇ ਪਹਿਲਾਂ ਹੀ ਮਹਾਪੁਰਖ ਬਣ ਜਾਂਦੇ ਇਨੇ ਬੜੇ ਲਕਬ ਨਾਲ ਸਾਰੇ ਲੈ ਉਹਨਾਂ ਨੂੰ ਕੀ ਮਿਲਣਾ ਬਾਣੀ ਦੇ ਸਬਦ ਤਾਂ ਦੇ ਦਿੱਤੇ ਹੈ ਗਰੀਬੀ ਸਿੱਖਣੀਆਂ ਗਰੀਬੀ ਸਾਡੀ ਜਾੜਾ ਸਿਕਰੀ ਹਾਮ ਗਰੀਬ ਮਸਕੀਨ ਪ੍ਰਾਪਤ ਤੇ ਹਰ ਰਾਖ ਰਾਖ ਵਾੜਾ ਹੈ ਜਾਨ ਨਾਨ ਨਾਮ ਅਧਾਰੂ ਟੇ ਕਹ ਹਰ ਨਾਮ ਮੇ ਹੀ ਸੁਖ ਮੰਡਾ ਹੈ ਅਹੀ ਤੇ ਤੋੜਾ ਨਾਮ ਤੇ ਦੇਤਾ ਕਿ ਨਾਮ ਨਾਲ ਹੀ ਸੁਖ ਮਿਲਣਾ ਇਸ ਕਰਕੇ ਸੁਖ ਜਿਹੜਾ ਹੈ ਨਾਮ ਤੋਂ ਬਿਗਾਰੇ ਨਹੀਂ ਮਿਲਣਾ ਇਸ ਕਰਕੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਸਾਰਾ ਇਹ ਹੋਇਆ ਵੀ ਨਾਮ ਜਪ-ਜਪ ਕੇ ਪ੍ਰਗਟ ਹੋਣਾ ਨਾਮ ਜਪਤ ਤੇਰਾ ਨਾਮ ਜਾਸ ਜਪਤ ਭਾਉ ਆਪਦਾ ਜਾਏ ਤਾਵਤ ਮਨੁਆ ਆਵੇ ਠਾਏ ਜਾਸ ਜਪਤ ਫਿਰ ਦੁੱਖ ਨ ਲਾਗੇ ਜਾਸ ਜਪਤੇ ਹਉਮੈ ਭਾਗੇ ਉਹ ਜਪਨਾ ਕੀ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਮੈਂ ਤੇ ਲੱਗਾ ਹੀ ਰਹਿਣਾ ਦਿਨ ਰਾਤ ਇਕਿਆਖਿਆ ਸ਼ਬਦ ਪਾਕ ਹੈ ਅਰਦੇ ਉਹ ਰਾਤ ਦਿਨ ਰਾਤੇ ਅਰਦੇ ਉਹ ਰਾਤ ਦਿਨ ਰਾਤੇ ਵਾ 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 ਸੀ ੋ ਸਾਬਦ ਪਿਆਰੀਓ ਜਨਮ ਮਰਨ ਕੀ ਟੇਕ ਮੁਖ ਉਇਲ ਸਦਾ ਸੁਖੀ ਨਾਨਕ ਸਿਮਰਤ ਏ ਵਾਹਿ ਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਦੀ ਕੀ ਫਤਿਹ